ਸਾਸ੍ਰੀਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਮੀਲ ਯੂਐਸਏ ਟੀਵੀ ਮੈਂ ਬਰਨ ਕੌਰਮਾਨ ਪ੍ਰੋਗਰਾਮ ਨਾਰਥ ਅਮਰੀਕਾ ਅਪਡੇਟ ਔਰ ਮੇਰੇ ਨਾਲ ਨੇ ਗੁਰ ਜਤਿੰਦਰ ਸਿੰਘ ਰੰਦਾਵਾ ਜਿਹੜੇ ਸਾਡੇ ਨਾਲ ਅੱਜ ਪੂਰੀ ਤਰ੍ਹਾਂ ਡਿਸਕਸ਼ਨ ਕਰਨਗੇ ਕਿ ਕੁਝ ਨਵਾਂ ਇਮੀਗ੍ਰੇਸ਼ਨ ਦੇ ਵਿੱਚ ਹੋ ਰਿਹਾ ਹੋਰ ਕੈਨੇਡਾ ਤੇ ਅਮਰੀਕਾ ਦੀਆਂ ਜਿਹੜੀਆਂ ਲੇਟੈਸਟ ਅਪਡੇਟਸ ਨੇ ਸਭ ਤੋਂ ਪਹਿਲਾਂ ਇਸ ਹਫਤੇ ਜਿਹੜੀ ਚੀਜ਼ ਦਾ ਰੌਲਾ ਪਿਆ ਹੋਇਆ ਅਖਬਾਰ ਤੇ ਵਿੱਚ ਚੈਨਲਸ ਦੇ ਉੱਤੇ ਗ੍ਰੀਨ ਕਾਰਡ ਕੋਟਾ ਜਿਸ ਨੂੰ ਲੈ ਕੇ ਜ਼ਬਰਦਸਤ ਪਹਿਲਾਂ ਖਬਰ ਆਉਣੀ ਸ਼ੁਰੂ ਹੋਈ ਹੈਡਲਾਈਨਸ ਆਉਣੀਆਂ ਸ਼ੁਰੂ ਹੋਈਆਂ ਕਿ ਇਹ ਗ੍ਰੀਨ ਕਾਰਡ ਜਿਹੜਾ ਕੋਟਾ ਆ ਇਹਦੇ 'ਚ ਬਦਲਾਅ ਹੋਣਗੇ ਭਾਰਤੀਆਂ ਨੂੰ ਫਾਇਦਾ ਹੋਏਗਾ ਫਿਰ ਹੌਲੀ-ਹੌਲੀ ਇਸ ਦਾ ਵਿਸਤਾਰ ਆਉਣ ਲੱਗਿਆ ਸੋ ਹੱਲੇ ਵੀ ਕਈ ਲੋਕ ਕਨਫਿਊਜ਼ ਹੈਗੇ ਆ ਕਿ ਫਾਇਦਾ ਕਿਹਨੂੰ ਮਿਲੇਗਾ ਨਹੀਂ ਮਿਲੇਗਾ ਕਦੋਂ ਲਾਗੂ ਹੋਊਗਾ ਬੜੀਆਂ ਸਾਰੀਆਂ ਚਿੰਤਾਵਾਂ ਵੀ ਨੇ ਬਹੁਤ ਸਾਰੇ ਬਰਨ ਜਿਹੜੇ ਇਸ ਵੇਲੇ ਸਟੇਟਸ ਆ ਉਹ ਬਹੁਤ ਪਿੱਛੇ ਚਲੇ ਗਏ ਆ ਬੈਕਲੌਗ ਜਿਹੜਾ ਉਹ ਬਹੁਤ ਵੱਧ ਗਿਆ ਲੋਕ ਐਸੋਲੇ ਤਰਾ ਤਰਾ ਕਹਿੰਦੇ ਵੀ ਕਰ ਰਹੇ ਆ ਜਿੰਨੇ ਵੀ ਸਟੇਟਸ ਆ ਉਹਦੇ ਵਿੱਚ ਬਹੁਤ ਜਿਆਦੀਆਂ ਜਿਹੜੀਆਂ ਐਸੋਲੇ ਤਬਦੀਲੀਆਂ ਕਰਨ ਦੀ ਲੋੜ ਆ ਇੱਕ ਤਬਦੀਲੀ ਵਾਈਟ ਹਾਊਸ ਤੋਂ ਆਈ ਆ ਸਾਹਮਣੇ ਉੱਪਰ ਕੇ ਗ੍ਰੀਨ ਕਾਰਡ ਨਾਲ ਰਿਲੇਟਡ ਆ ਇਹ ਗ੍ਰੀਨ ਕਾਰਡ ਉਹਨਾਂ ਲਈ ਆ ਜਿਹੜੇ ਵਰਕਰ ਜੀ ਜਿਹੜੇ ਵਰਕਰ ਉੱਥੇ ਕੰਮ ਕਰਦੇ ਆ ਉਹਨਾਂ ਨੂੰ ਗ੍ਰੀਨ ਕਾਰਡ ਕੋਟਾ ਉੱਥੇ ਹੁੰਦਾ ਇੱਕ ਸਿਸਟਮ ਉਹ ਵਕ ਵਕ ਦੇਸ਼ਾਂ ਤੋਂ ਹੁੰਦਾ ਉਹ ਕੋਟਾ ਸਿਸਟਮ ਜਿਹੜਾ ਹੁਣ ਹੌਲੀ-ਹੌਲੀ ਜਿਹੜਾ ਉਹ ਖਤਮ ਕਰਨ ਜਾ ਰਹੀ ਹੈ ਸਰਕਾਰ ਅਮਰੀਕਾ ਦੀ ਤੇ ਤਾਂ ਕਿ ਜਿਹੜਾ ਇਹ ਸਾਰਿਆਂ ਨੂੰ ਇੱਕੋ ਇਕੁਅਲ ਓਪਰਚ्युनिटी ਜਿਹੜੀ ਉਹ ਮਿਲ ਸਕੂਗੀ ਇਹਦੇ ਨਾਲ ਇਹਨੂੰ 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 ਕਹਿੰਦੇ ਵੀ ਇਹੀ ਆ ਕਿ ਅਮਰੀਕੀ ਰਾਸ਼ਟਰਪਤੀ ਨੇ ਜਿਹੜਾ ਇਹ ਐਲਾਨ ਕੀਤਾ ਕਿ ਇਕੁਅਲ ਐਕਸੈਸ ਟੂ ਗ੍ਰੀਨ ਕਾਰਡਸ ਫੋਰ ਲੀਗਲ ਏਮਪਲੋਇਮੈਂਟ ਐਕਟ ਆਫ 2022 ਜੀ ਸਾਰਾ ਕੁਝ ਇੰਪਲੀਮੈਂਟ ਆਲਮੋਸਟ ਹੋ ਚੁੱਕਾ ਤੇ ਹੁਣ ਇਹ ਹੈ ਵੀ ਕੋਟਾ ਸਿਸਟਮ ਜਿਹੜਾ ਉਹ ਖਤਮ ਕੀਤਾ ਜਾਊਗਾ ਕੋਟੇ ਸਿਸਟਮ ਚ ਹੁੰਦਾ ਸੀਗਾ ਕਿਸੇ ਦੇਸ਼ ਦੇ ਵੱਧ ਬੰਦੇ ਲੈ ਜਾਂਦੇ ਸੀ ਕਿਸੇ ਦੇ ਘੱਟ ਲੈ ਜਾਂਦੇ ਸੀ ਹਰ ਇੱਕ ਦਾ ਆਪਣਾ ਹੁੰਦਾ ਸੀਗਾ ਹੁਣ ਇਹਦੇ ਨਾਲ ਕਿ ਉਹ ਬਰਾਬਰ ਹੋਣ ਨਾਲ ਭਾਰਤੀਆਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਣ ਵਾਲਾ ਉਹ ਗਿਣਤੀ ਤਾਂ ਭਾਵੇਂ ਇਹਨਾਂ ਦੀ ਜ਼ਿਆਦਾ ਸੀ ਪਰ ਇਹਨਾਂ ਦੇ ਬੰਦੇ ਜਿਹੜੇ ਸੀਗੇ ਉਹ ਘੱਟ ਗ੍ਰੀਨ ਕਾਰਡ ਕੈਟਾਗਰੀ ਚ ਪਾਏ ਜਾਂਦੇ ਸੀ ਤੇ ਇਹ ਹੁਣ ਉਮੀਦ ਕਰਦੇ ਆ ਕਿ 2022 ਦੇ ਐਂਡ ਤੱਕ ਜਾਂ 2023 ਦੇ ਸ਼ੁਰੂ ਤੱਕ ਇਹ ਜਿਹੜਾ ਸਿਸਟਮ ਬੜਾ ਇਹ ਸਮੂਥਲੀ ਚੱਲੂਗਾ ਤੇ ਬਹੁਤ ਸਾਰੇ ਲੋਕ ਜਿਹੜੇ ਆ ਬਹੁਤ ਸਾਰੀ ਫੈਮਲੀਆਂ ਆ ਜਿਹੜੀਆਂ ਉਹ ਇਸ ਕੋਟੇ ਦਾ ਉਹ ਫਾਇਦਾ ਉਠਾ ਸਕਣਗੀਆਂ ਤੇ ਬਹੁਤ ਜਲਦ ਉਹ ਗ੍ਰੀਨ ਕਾਰਡ ਹੋ ਜਾਣਗੇ ਇੱਕ ਸਾਡੇ ਲਈ ਇੱਕ ਬੜੀ ਇਹ ਸਮਝ ਲਓ ਵੀ ਖੁਸ਼ੀ ਦੀ ਗੱਲ ਹੈ ਨਾਲ ਦੇ ਨਾਲ ਇਹ ਵੀ ਖਬਰ ਆਈ ਸੀਗੀ ਕਿ ਜਿਹੜੇ 2 ਸਾਲਾਂ ਤੋਂ ਇੰਤਜ਼ਾਰ ਕਰ ਰਹੇ ਆ ਉਹ ਵੀ ਗ੍ਰੀਨ ਕਾਰਡ ਆ ਜਿਹੜਾ ਅਪਲਾਈ ਕਰ ਸਕਣਗੇ ਔਰ ਅਮਰੀਕੀ ਕੰਪਨੀਆਂਜ਼ ਦੇ ਵਿੱਚ ਜਾ ਕੇ ਜਿਹੜੇ ਕੰਮ ਕਰਨ ਦੇ ਇੱਛੂ ਹੁੰਦੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਵੀ ਫਾਇਦਾ ਹੋਏਗਾ ਸੋ ਗੱਲ ਇੱਥੇ ਆਉਂਦੀ ਹੈ ਕਿ ਜਿੱਦਾਂ ਜਿੱਦਾਂ ਸਮਾਂ ਬੀਤ ਰਿਹਾ ਉਦਾਂ-ਉਦਾਂ ਚੰਗੀਆਂ ਖਬਰਾਂ ਆ ਰਹੀਆਂ ਜਿਹੜੇ ਬੈਕਲੌਗ ਹੋ ਗਏ ਸੀਗੇ ਹੁਣ ਵਾਈਟ ਹਾਊਸ ਵੀ ਬਿਆਨ ਦਿੰਦਾ ਆ ਕਿ ਉਹਨੂੰ ਚੰਗੀ ਤਰ੍ਹਾਂ ਪਤਾ ਆ ਕਿ ਭਾਰਤ ਦੇ ਵਿੱਚ ਕਿੰਨਾ ਜੜੀਆਂ ਅਰਜ਼ੀਆਂ ਨੇ ਉਹਨਾਂ ਦਾ ਬੈਕਲੌਗ ਵੱਡੇ ਪੱਧਰ ਤੇ ਉਸ ਇਕੱਲਾ ਭਾਰਤ ਵਿੱਚ ਨਹੀਂ ਪੂਰੀ ਦੁਨੀਆ ਵਿੱਚ ਜਿਹੜਾ ਬੈਕਲੌਗ ਆ ਉਹ ਉਹ ਇਸ ਤਰ੍ਹਾਂ ਵਧ ਰਿਹਾ ਦਿਨੋਂ ਦਿਨ ਵਧ ਰਿਹਾ ਅ ਅਮਰੀਕਾ ਦਾ ਖਾਸ ਕਰਕੇ ਜਿਹੜਾ ਕਿਉਂਕਿ ਪਾਪੂਲੇਸ਼ਨ ਬਹੁਤ ਜ਼ਿਆਦਾ ਹੈ ਦੁਨੀਆ ਦੀ ਤੀਜੇ ਨੰਬਰ ਦੀ ਇਹ ਪਾਪੂਲੇਸ਼ਨ ਤੇ ਬਹੁਤ ਸਾਰੇ ਲੋਕ ਵੱਖ-ਵੱਖ ਕੰਟਰੀਜ਼ ਚੋਂ ਜਿਹੜੇ ਆ ਉਹ ਇੱਥੇ ਮੂਵ ਕਰਨਦੇ ਕਿਸੇ ਨੇ ਫੈਮਿਲੀ ਪਟੀਸ਼ਨ ਤਿਆਰ ਕੀਤੀ ਹੈ ਕਿਸੇ ਨੇ ਕੋਈ ਹੋਰ ਸਟੇਟਸ ਜਿਹੜਾ ਉਹ ਅਪਡੇਟ ਕਰਨ ਲਈ ਅਪਲਾਈ ਕੀਤਾ ਹੋਇਆ ਇਹ ਦੋ ਤਰ੍ਹਾਂ ਦੀਆਂ ਇਸ ਵळे ਅਪਡੇਟਸ ਬੈਕਲੋਗ ਜਿਹੜੇ ਆ ਉਹ ਇਕੱਠੇ ਹੋ ਗਏ ਆ ਇੱਕ ਤਾਂ ਆਲਰੇਡੀ ਜਿਹੜੇ ਅਮਰੀਕਾ ਚ ਰਹ ਰਹੇ ਜੀ ਜਿਨ੍ਹਾਂ ਨੇ ਕੋਈ ਐਪਲੀਕੇਸ਼ਨਸ ਦਿੱਤੀਆਂ ਹੋਈਆਂ ਉੱਥੇ ਜੇ ਕੋਈ ਉੱਥੇ ਵਰਕ ਪਰਮਿਟ ਤੇ ਰਹ ਰਿਹਾ ਉਹਨਾਂ ਨੇ ਗ੍ਰੀਨ ਕਾਰਡ ਅਪਲਾਈ ਕਰਨਾ ਦਿੱਤਾ ਹੋਇਆ ਜੇ ਗ੍ਰੀਨ ਕਾਰਡ ਆ ਉਹਨਾਂ ਨੇ ਸਿਟੀਨਸ਼ਿਪ ਹੋਣ ਲਈ ਅਪਲਾਈ ਕੀਤਾ ਹੋਇਆ ਜਾਂ ਕਿਸੇ ਨੇ ਕੋਈ ਵਰਕ ਪਰਮਿਟ ਵੀ ਆ ਅੱਜ ਕੱਲ੍ਹ 2-2 ਸਾਲ ਵੀ ਉਹਨਾਂ ਦੇ ਵਰਕ ਪਰਮਿਟ ਨੂੰ ਆਉਣ ਲੱਗ ਜਾਂਦੇ ਆ ਜਦ ਕਿ ਪਹਿਲਾਂ ਇਹ ਟਾਈਮ ਸਿਰਫ 2 ਜਾਂ 3 ਮਹੀਨੇ ਦਾ ਹੁੰਦਾ ਸੀ ਕੋਵਿਡ ਆਉਣ ਤੋਂ ਬਾਅਦ ਇਹ ਜਿਹੜਾ ਟਾਈਮ ਇਹ ਵੱਧ ਗਿਆ ਇੱਕ ਤਾਂ ਹੋ ਗਿਆ ਇਹ ਕੈਟਾਗਰੀ ਜਿਹੜੇ ਅੰਦਰ ਬੰਦੇ ਰਹਿੰਦੇ ਆ ਅੰਦਰ ਜਿਹੜੇ ਲੋਕ ਰਹਿੰਦੇ ਜਿਹੜੇ ਬਾਹਰੋਂ ਆ ਕੇ ਵਸੇ ਆ ਇੱਕ ਤਾਂ ਉਹਨਾਂ ਦਾ ਬੈਕਲੌਗ ਜਿਹੜਾ ਉਹ ਬਹੁਤ ਵੱਧ ਗਿਆ ਇੱਕ ਜਿਹੜੇ ਬਾਹਰੋਂ ਜਿਨ੍ਹਾਂ ਨੇ ਆਉਣਾ ਹੁੰਦਾ ਚਾਹੇ ਉਹ F1 ਵੀਜ਼ਾ F2 ਵੀਜ਼ਾ F3 ਵੀਜ਼ਾ ਫੋਰ ਵੀਜ਼ਾ ਜਾਂ R1 ਵੀਜ਼ਾ ਜਾਂ ਹੋਰ ਵੀ ਇਸ ਤਰ੍ਹਾਂ ਦੇ ਜਿਹੜੇ ਵੀਜ਼ੇ ਆ ਉਹ ਜਿਹੜਾ ਉਹਨਾਂ ਦਾ ਬੈਕਲੌਗ ਵੱਧ ਗਿਆ ਹੈ इवन ਜਿਹੜੇ ਟੂਰਿਸਟ ਵੀਜ਼ਾ B1 B2 ਉਹਦਾ ਜਿਹੜਾ ਬੈਕਲੌਗ ਵੀਜ਼ਾ ਉਹ ਵੀ ਬਹੁਤ ਜ਼ਿਆਦਾ ਜਿਹੜਾ ਉਹ ਬੈਕਲੌਗ ਹੋ ਗਿਆ ਤੇ ਜਿਹਦੇ ਕਰਕੇ ਸਰਕਾਰ ਵੀ ਚਿੰਤਤ ਹੈ ਸਰਕਾਰ ਨੇ ਹੌਲੀ ਹੌਲੀ ਇਹ ਜਿਹੜਾ ਬੈਕਲੌਗ ਦੂਰ ਕਰਨ ਲਈ ਅਪਰਾਲੇ ਕਰਨਾ ਸ਼ੁਰੂ ਕਰ ਦਿੱਤੇ ਆ ਕਿਉਂਕਿ ਹੁਣ ਕੋਵਿਡ ਤੁਹਾਨੂੰ ਪਤਾ ਕਿ ਆਲਮੋਸਟ ਖਤਮ ਹੋ ਗਿਆ ਉਹ ਮਾੜੀ ਮੋਟੀ ਬਿਮਾਰੀ ਤਾਂ ਰਹਿਣੀ ਆ ਇਹਦੇ ਤੇ ਕੋਈ ਸ਼ੱਕ ਨਹੀਂ ਇਹ ਕਦੇ ਵੀ ਕਿਸੇ ਨੂੰ ਹੋ ਸਕਦਾ ਪਰ ਜਿਹੜਾ ਉਹਦਾ ਆਪਣਾ ਮਹਾਮਾਰੀ ਆਪਾਂ ਜਿਹਨੂੰ ਕਹਿੰਦੇ ਹੁੰਦੇ ਸੀ ਉਹ ਖਤਮ ਹੋ ਗਈ ਹੈ ਉਸ ਕਰਕੇ ਹੁਣ ਜਿਹੜੀ ਲਾਈਫ ਹੈ ਉਹ ਇੱਕ ਸਿੰਪਲ ਇੱਕ ਸਮੂਥ ਹੋ ਗਈ ਹੈ ਲੋਕ ਆਣਾ ਜਾਣਾ ਸ਼ੁਰੂ ਹੋ ਗਏ ਆ ਫਲਾਈਟਾਂ ਜਿਹੜੀਆਂ ਆਉਣੀਆਂ ਜੜੀਆਂ ਸ਼ੁਰੂ ਹੋ ਗਈਆਂ ਤੇ ਉਸ ਕਰਕੇ ਸਰਕਾਰ ਨੇ ਵੀ ਜਿਹੜੀ ਹੁਣ ਕੋਸ਼ਿਸ਼ ਕਰਨੀ ਸ਼ੁਰੂ ਕਰਤੀ ਵੀ ਐਡਾ ਜ਼ਿਆਦਾ ਜਿਹੜਾ ਬੈਕਲੌਗ ਵੱਧ ਗਿਆ ਉਹਦੇ ਲਈ ਕੋਈ ਨਾ ਕੋਈ ਹਿੱਲੇ ਫਸਿਲੇ ਕਿਤੇ ਜਾਣ ਖਾਸ ਕਰਕੇ ਆਪਾਂ ਗੱਲ ਕਰਦੇ ਆਂ ਇੰਡੀਆ ਦੀ ਇੰਡੀਆ 'ਚ ਜਿਹੜਾ ਸਭ ਤੋਂ ਜ਼ਿਆਦਾ ਇਸ ਵੇਲੇ ਉਮੀਦ ਜਿਹੜੀ ਲੋਕਾਂ ਨੂੰ ਦੇਖ ਰਹੇ ਆ ਬੜੇ ਧਿਆਨ ਨਾਲ ਵਾਚ ਕਰ ਰਹੇ ਆ ਉਹ ਹੈਗਾ F4 ਵੀਜ਼ਾ F4 ਵੀਜ਼ਾ ਜਿਹੜਾ ਫੈਮਿਲੀ ਪਿਟੀਸ਼ਨ ਚ ਵੀਜ਼ਾ ਹੁੰਦਾ ਜਿਨ੍ਹਾਂ ਨੇ ਭੈਣ ਭਰਾ ਜੀ ਬਿਲਕੁਲ ਅਪਲਾਈ ਕੀਤੇ ਆ ਤੇ ਉਹਦੇ ਬਾਰੇ ਉਹ ਜ਼ਿਆਦਾ ਹੈਗਾ ਸਾਡੇ ਕੋਲ ਜਿਹੜੀ ਦਸੰਬਰ ਦੀ ਵੀਜ਼ਾ ਬੁਲੇਟਿਨ ਆਈ ਹੈ ਦਸੰਬਰ 2022 ਦੀ ਉਹਦੇ ਵਿੱਚ ਜ਼ਿਆਦਾ ਮੂਵਮੈਂਟ ਨਹੀਂ ਹੈਗੀ ਜਿਵੇਂ ਕਿ F1 ਚ ਦੱਸ ਰਹੇ ਕਿ ਇੰਡੀਆ ਦਾ ਉਸੜਾ ਜਿਹੜਾ ਹੈਗਾ 1 ਦਸੰਬਰ 2014 ਚੱਲ ਰਿਹਾ F2A ਕਰੰਟ ਹੈ F2 B ਜਿਹੜਾ ਉਹ 22 ਸਤੰਬਰ 215 F3 ਜਿਹੜਾ ਹੈਗਾ ਉਹ 22 ਨਵੰਬਰ 2008 uh, F4 15 ਸਤੰਬਰ 2005 ਤੱਕ ਜਿਨ੍ਹਾਂ ਨੇ ਅਪਲਾਈ ਕੀਤਾ ਸੀ ਉਹਨਾਂ ਦੀਆਂ ਜਿਹੜੀਆਂ ਨੰਬਰ ਜਿਹੜੇ ਆਉਣੇ ਸ਼ੁਰੂ ਹੋ ਗਏ ਆ ਜਿਹੜੇ ਉਹਨਾਂ ਨੂੰ ਪੇਪਰ ਵਰਕਸ ਜਿਹੜੇ ਚਲੇ ਗਏ ਜਿਨ੍ਹਾਂ ਦੇ ਜਾਂ ਜਿਨ੍ਹਾਂ ਨੂੰ ਇੰਟਰਵਿਊਸ ਤੇ ਸੱਦਿਆ ਜਾ ਰਿਹਾ ਉਹਦਾ ਹੈਗਾ ਜੀ F1 ਜਿਹੜੇ ਹੈਗੇ ਆ ਉਹ 8 ਅਗਸਤ 216 ਤੋਂ ਪਹਿਲਾਂ ਵਾਲੇ ਜਿਹੜੇ ਉਹ ਡੇਟ ਚੱਲ ਰਹੀ ਹੈ ਫ2 ਇਹ ਉਹ ਕਰੰਟ ਹੈ ਜੋ ਮੈਂ ਪਹਿਲਾਂ ਦੱਸਿਆ ਸੀ। ਐਫ2ਬੀ 1 ਜਨਵਰੀ 2017 ਉਹਨਾਂ ਦੇ ਚੱਲ ਰਿਹਾ ਇਸ ਵੇਲੇ ਇੰਟਰਵਿਊਸ। ਜੀ। ਐਫ3 ਦਾ ਹੈਗਾ ਜੀ 8 ਨਵੰਬਰ 2009 ਤੇ ਐਫ4 ਹੱਲੇ ਵੀ ਆਪਾਂ ਜੇ ਦੇਖਿਆ ਜਾਵੇ ਕੁਝ ਵੀ ਜ਼ਿਆਦਾ ਅਪਡੇਟਸ ਉਹ ਨਹੀਂ ਹੈਗੇ 22 ਫਰਵਰੀ 2006 ਤੇ ਇਹ ਬਹੁਤ ਸਲੋ ਸਿਸਟਮ ਹੈਗਾ। ਮੈਂ ਆਪਾਂ ਪਿਛਲੇ ਪ੍ਰੋਗਰਾਮ 'ਚ ਵੀ ਇਹ ਡਿਸਕਸ ਕੀਤਾ ਸੀ ਕਿ ਗਵਰਨਮੈਂਟ ਜਿਹੜੀ ਆ ਉਹ ਡਿਸਕਸ ਕਰ ਰਹੀ ਆ ਸੋਚ ਰਹੀ ਆ ਨਵੇਂ ਕਾਨੂੰਨ ਬਣਾ ਰਹੀ ਆ ਨਵੇਂ ਅਮਪਲਾਈ ਜਿਹੜੇ ਆ ਉਹ ਹਾਇਰ ਕਰਕੇ ਵੱਖ-ਵੱਖ ਦੇਸ਼ਾਂ ਚੋ ਭੇਜ ਰਹੇ ਆ ਤੇ ਹਿੰਦੁਸਤਾਨ ਵਿੱਚ ਵੀ ਉਹ ਆਪਣੇ ਅਮਪਲਾਈਜ਼ ਦਾ ਇਹ ਪਤਾ ਲੱਗਿਆ ਕਿ ਡਬਲ ਕਰਨ ਜਾ ਰਹੇ ਆ ਜਦੋਂ ਇਹ ਡਬਲ ਹੋ ਗਿਆ ਤੇ 2023 ਵਿੱਚ ਇਹ ਜਿਹੜੀ categories ਆ ਇਹ ਬਹੁਤ ਥੋੜਾ ਜਿਹਾ ਲੱਗਦਾ ਹੈ ਉਮੀਦ ਕਿ ਇਹ ਫਾਸਟ ਹੋਊਗੀ ਕਿਉਂਕਿ ਬਹੁਤ ਸਾਰੇ ਬੱਚੇ ਜਿਹੜੇ ਆ ਅਸਲ ਵਿੱਚ ਆਪਾਂ ਅੱਗੇ ਵੀ ਗੱਲ ਕਰਦੇ ਆ ਜੀ 21 ਸਾਲ ਦੀ ਉਮਰ ਤੋਂ ਵੱਧ ਗਏ ਆ ਉਹਨਾਂ ਦੀ ਉਮਰ ਰੇਂਜ ਹੋ ਗਈ ਉਹਨਾਂ ਦੇ ਫਿਰ ਉਹ ਜਿਹੜਾ categories ਉਹ ਬਦਲ ਜਾਂਦੀ ਆ ਉਹਨਾਂ ਦੇ ਮਾਪ ਪਿਓ ਜਦੋਂ ਪਹੁੰਚਦੇ ਆ ਉਹ ਦੁਬਾਰਾ ਫੇਰ ਅਪਲਾਈ ਕਰਦਾ ਤੇ ਫੇਰ ਉਹ ਜਾ ਕੇ ਕਈ ਕਈ ਸਾਲ ਹੋਰ ਲੱਗ ਜਾਂਦੇ ਆ ਬਿਲਕੁਲ ਇਹਦੇ ਨਾਲ ਨਾਲ ਜਿਹੜੀ ਹੁਣ ਇਸ ਵੇਲੇ B1 B2 ਦਾ ਜਿਹੜਾ categories ਆ ਉਹਦਾ ਵੀ ਜਿਹੜਾ 3 ਸਾਲਾਂ ਦੀ ਵੇਟਿੰਗ ਹੈ ਇਸ ਵੇਲੇ ਸਿਰਫ ਇੰਟਰਵਿਊ ਦੀ ਇਹ ਨਹੀਂ ਪਤਾ ਕਿ ਉਹਨਾਂ ਦਾ ਉੱਥੇ ਵੀਜ਼ਾ ਲੱਗਣਾ ਵੀ ਨਹੀਂ ਲੱਗਣਾ ਪਰ ਇਹਦੇ ਨਾਲ ਨਾਲ ਬਰਨ ਨੇ ਇਹ ਵੀ ਦੱਸਦੀ ਆ ਕਿ ਜੇ ਕਿਸੇ ਨੇ ਅ ਬ1 ਬ2 ਜਿਹੜਾ ਵੀਜ਼ਾ ਲੈਣਾ ਕਿਸੇ ਨੇ ਜੀ ਉਹ ਉਹਦੇ ਲਈ ਵੀ ਇੱਕ ਕੁੰਡੀ ਹੈਗੀ ਆ ਉਹਦੇ ਲਈ ਤੁਸੀਂ ਕੋਈ ਤੁਹਾਨੂੰ ਕੋਈ ਐਮਰਜੈਂਸੀ ਆ ਤੁਸੀਂ ਕਿਸੇ ਚੰਗੇ ਏਜੰਟ ਤੋਂ ਜਾਂ ਚੰਗੇ ਇਮੀਗ੍ਰੇਸ਼ਨ ਅਫੀਸਰ ਤੋਂ ਜਾਂ ਚੰਗੇ ਇਮੀਗ੍ਰੇਸ਼ਨ ਅਟਾਰਨੀ ਤੋਂ ਉਹ ਅਪਲਾਈ ਕਰਵਾਓ ਤੇ ਤੁਹਾਨੂੰ ਉਹ ਵੀਜ਼ਾ ਇਮੀਡੀਏਟ ਮਿਲ ਵੀ ਜਾਂਦਾ ਜੇ ਕਿਸੇ ਨੂੰ ਰੱਬ ਨਾ ਕਰੇ ਕੋਈ ਡੈਥ ਹੋ ਜਾਂਦੀ ਹੈ ਜਾਂ ਕੋਈ ਹੋਰ ਐਮਰਜੈਂਸੀ ਆ ਜਾਂ ਕੋਈ ਬਿਮਾਰ ਆ ਜਾਂ ਕਿਸੇ ਨੂੰ ਇਲਾਜ ਕਰਾਉਣ ਜਾਣਾ ਉਹਨੂੰ ਵਿਦ ਪ੍ਰੂਫ ਇਹ ਨਹੀਂ ਹੈਗਾ ਵੀ ਸਿੱਧਾ ਜਾ ਕੇ ਕਹੋ ਜੀ ਅਸੀਂ ਐਮਰਜੈਂਸੀ ਉਹਨੇ ਉਹਨਾਂ ਨੇ ਵੀਜ਼ਾ ਦੇ ਦੇਣੇ ਪ੍ਰੂਫ ਹੋਣ ਤੇ ਉਹ ਵੀਜਾ ਮਿਲ ਸਕਦਾ ਐਮਰਜੈਂਸੀ ਵੀਜਾ V1 B2 ਜਿਹਨੂੰ ਆਪਾਂ ਵਿਜ਼ਟਰ ਵੀਜ਼ਾ ਕਰਨੇ ਉਹ ਮਿਲ ਜਾਂਦਾ ਜੀ ਜਿੱਦੋਂ ਹਨਾ ਵਾਈਟ ਹਾਊਸ ਦੇ ਬਿਆਨ ਰੋਜ਼ ਲਗਾਤਾਰ ਆਉਂਦੇ ਆ ਵਾਈਟ ਹਾਊਸ ਨੂੰ ਅਕਸਰ ਕਹਿੰਦੇ ਹੋਏ ਸੁਣਿਆ ਜਾਂਦਾ ਅਧਿਕਾਰਤ ਤੌਰ ਤੇ ਜਿਹੜੇ ਉੱਥੋਂ ਦੇ ਐਡਮਿਨਿਸਟ੍ਰੇਸ਼ਨ ਬਿਆਨ ਜਾਰੀ ਕਰਦੀ ਆ ਕਿ ਭਾਰਤੀਆਂ ਨੇ ਉੱਥੋਂ ਦੀ ਅਰਥਵਿਵਸਥਾ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ H1B ਵੀਜ਼ਾ ਦੇ ਜ਼ਰੀਏ ਭਾਰਤੀਆਂ ਨੇ ਅਮਰੀਕਾ ਨੂੰ ਬਹੁਤ ਜ਼ਿਆਦਾ ਡਿਵੈਲਪਮੈਂਟ ਦੇ ਯੋਗਦਾਨ ਪਾਉਂਦੇ ਨੇ ਦੂਸਰੇ ਪਾਸੇ ਜਿਹੜੀ ਆਪਣੀ USCIS ਹੈ ਉਸ ਦੇ ਵੱਲੋਂ ਬਿਆਨ ਜਾਰੀ ਕੀਤਾ ਜਾਂਦਾ ਹੈ ਕਿ ਵਿੱਤੀ ਸਾਲ 2022 ਦੇ ਦੌਰਾਨ ਲਗਭਗ ਦੇ 10 ਲੱਖ ਜਿਹੜੇ ਲੋਕ ਹੈ ਉਹਨਾਂ ਨੂੰ ਅਮਰੀਕਾ ਦੀ ਨਾਗਰਿਕਤਾ ਦੇ ਦਿੱਤੀ ਗਈ ਹੈ ਜਿੱਥੇ ਇੱਕ ਪਾਸੇ ਬੈਕਲੌਗ ਦੀ ਟੈਨਸ਼ਨ ਹੈ ਦੂਸਰੇ ਪਾਸੇ ਇਹ ਵੀ ਪਤਾ ਲੱਗ ਰਿਹਾ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਹੌਲੀ-ਹੌਲੀ ਇਸ ਪ੍ਰੋਸੈਸ ਦੇ ਜਿਹੜੇ ذریعے ਨਾਗਰਿਕਤਾ ਮਿਲ ਰਹੀ ਹੈ ਤੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਨਾਗਰਿਕਤਾ ਹੋਰ ਮਿਲਣ ਦੇ ਚਾਂਸਸ ਹੋ ਸਕਦੇ ਨੇ ਉਹ ਕਹਿੰਦੇ ਨੇ ਕਿ ਨਾਗਰਿਕਤਾ ਦਿਨੋ-ਦਿਨ ਵੱਧ ਹੀ ਰਹੀ ਹੈ ਕਟ ਨਹੀਂ ਰਹੀ ਕਿਉਂਕਿ ਅਮਰੀਕਾ ਇੱਕ ਅਜਿਹਾ ਕੰਟਰੀ ਹੈ ਜਿੱਥੇ ਅਪਰਚੂਨਿਟੀ ਦਾ ਕੰਟਰੀ ਇਹਨਾਂ ਨੂੰ ਕਿਹਾ ਜਾਂਦਾ ਵਰਡ ਦਾ ਇੱਕ ਨੰਬਰ 1 ਅਪਰਚੂਨਿਟیز ਕੰਟਰੀ ਜਿਹੜਾ ਉਹ ਇਹਨੂੰ ਮੰਨਿਆ ਗਿਆ ਮੇਰਾ ਖਿਆਲ ਹੈ ਵੀ ਕਿਸੇ ਵੀ ਦੇਸ਼ ਦਾ ਕੋਈ ਮਸ਼ਿੰਦਾ ਜਿਹੜਾ ਹੋਊਗਾ ਉਹ ਸ਼ਾਇਦ ਉਹਨਾਂ ਦੇ ਲੋਕ ਅਮਰੀਕਾ ਨਾ ਗਏ ਹੋਣ ਜਦੋਂ ਜਦੋਂ ਉੱਥੇ ਪਹੁੰਚਦੇ ਇਹਦੇ ਕਈ ਸਟੈਪਸ ਆ ਇਹ ਨਹੀਂ ਹੈਗਾ ਵੀ ਤੁਹਾਨੂੰ ਜਾਂਦੇ ਆ ਸਿਟੀਨਸ਼ਿਪ ਉਹਨਾਂ ਨੂੰ ਦੇ ਦੇਣੀ ਆ ਉਹਦੇ ਲਈ ਪਹਿਲਾਂ ਵਰਕ ਪਰਮਿਟ ਦਾ ਪ੍ਰੋਸੀਜਰ ਹੁੰਦਾ ਉਸ ਤੋਂ ਬਾਅਦ ਗ੍ਰੀਨ ਕਾਰਡ ਹੁੰਦਾ ਬੰਦਾ ਫਿਰ ਕੁਝ ਸਾਲਾਂ ਬਾਅਦ ਜਾ ਕੇ ਉਹ ਸਿਟੀਨਸ਼ਿਪ ਅਪਲਾਈ ਕਰਦਾ ਸਿਟੀਨਸ਼ਿਪ ਇੱਕ ਅਜੀਬਾ ਮਾਹੌਲ ਹੁੰਦਾ ਜਦੋਂ ਅਪਲਾਈ ਕਰ ਦਿੱਤਾ ਜਾਂਦਾ ਉਹਨੂੰ ਵੀ ਕਟੋ-ਕਟ ਅੱਜਕੱਲ ਕਹਿੰਦੇ ਵੀ 2 ਜਾਂ 3 ਸਾਲ 20 ਲੱਗ ਜਾਂਦੇ ਆ ਤੇ ਇਹ ਸੌਖਾ ਕੰਮ ਨਹੀਂ ਪਰ ਆ ਜਿਹੜਾ ਹੁਣ ਇਲੈਕਸ਼ਨਾਂ ਹੋਈਆਂ ਸੀ ਇਲੈਕਸ਼ਨਾਂ ਤੋਂ ਪਹਿਲਾਂ ਕੋਈ ਵੀ ਸਰਕਾਰ ਜਦੋਂ ਆਉਂਦੀ ਆ ਨਾ ਔਰ ਸਿਟੀਨਸ਼ਿਪ ਜਿਹੜੇ ਆ ਉਹ ਜਲਦ ਤੋਂ ਜਲਦ ਉਹ ਜਿਹੜੇ ਡਾਕੂਮੈਂਟਸ ਉਹਨਾਂ ਦੇ ਉਹਨੂੰ ਕਲੀਅਰ ਕਰਨ ਦੀ ਕੋਸ਼ਿਸ਼ ਕਰਦੇ ਆ ਬੈਕਲੋਗ ਖਤਮ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਕਿ ਉਹ ਵੋਟ ਪਾਣ ਦੇ ਹੱਕਦਾਰ ਹੋ ਜਾਣ ਤੇ ਉਹ ਵੀ ਐਸੋਰੀ ਬਾਈਡਨ ਪ੍ਰਸ਼ਾਸਨ ਨੇ ਉਹ ਕੀ ਉਪਰਾਲਾ ਕੀਤਾ ਤੇ ਕਾਫੀ ਵੱਡੀ ਗਿਣਤੀ ਵਿੱਚ ਕਿਉਂਕਿ ਮੱਧਕਾਲੀ ਚੋਣਾ ਸੀ ਤੇ ਉਹਨਾਂ ਨੇ ਉਹ ਜਿਹੜਾ 10 ਲੱਖ ਦੇ ਕਰੀਬ ਸਿਟੀਅਨ ਜਿਹੜੇ ਆ ਪੂਰੇ ਸਾਲ ਚ ਉਹ ਬਣੇ ਆ ਇਹ ਬੜੀ ਵੱਡੀ ਪ੍ਰਾਪਤੀ ਹੈ ਇੱਕ ਇਹਦੇ ਨਾਲ ਨਾਲ ਹੁਣ ਜੇ ਆਪਾਂ ਜਿਵੇਂ ਪਹਿਲਾਂ ਗੱਲ ਕਰਦੇ ਆ ਕਿ ਜੇ ਦੂਜਾ ਵੀ ਬੈਕਲੋਗ ਪੂਰਾ ਕਰ ਦਿੱਤਾ ਜਾਵੇ ਤੇ ਜਦੋਂ ਇਹ ਹੋ ਸਕਦਾ ਉਹਦੇ ਵਿੱਚ ਵੀ ਕੋਈ ਏਡੀ ਵੱਡੀ ਗੱਲ ਨਹੀਂ ਉਹ ਵੀ ਹੋ ਜਾਂਦਾ ਇਹਦੇ ਮੈਂ ਪਰਸਨਲ ਐਕਸਪੀਰੀਅੰਸ ਵਿੱਚ ਦੱਸਦਾ ਕਿ ਜਦੋਂ ਸਿਟੀਨਸ਼ਿਪ ਹੁੰਦੀ ਨਾ ਉਹ ਵੱਖਰਾ ਜਿਹਾ ਇੱਕ ਮਾਹੌਲ ਹੁੰਦਾ ਉੱਥੇ ਸੌ ਵਿੱਚ ਕਹੀ ਜਾਂਦੀ ਆ ਉੱਥੇ ਸੋ ਇਸ ਗੱਲ ਦੀ ਚਿਕਾਈ ਜਾਂਦੀ ਵੀ ਹੁਣ ਜਿਹੜਾ ਤੁਹਾਡਾ ਪੁਰਾਣਾ ਕੰਟਰੀ ਆ ਉਹ ਤੁਹਾਡਾ ਆਪਣਾ ਨਹੀਂ ਰਿਹਾ ਹੁਣ ਤੁਹਾਡਾ ਕੰਟਰੀ ਅਮਰੀਕਾ ਉੱਥੇ ਬੜਾ ਇੱਕ ਰੰਗਾ ਰੰਗ ਪ੍ਰੋਗਰਾਮ ਜਿਹਾ ਹੋ ਜਾਂਦਾ ਉਹਨਾਂ ਨੂੰ ਨਾਰੇ ਬਰਵਾਏ ਜਾਂਦੇ ਆ ਵੱਖ-ਵੱਖ ਕੰਟਰੀਜ਼ ਦੇ ਲੋਕ ਉੱਥੇ ਬਿੰਦੇ ਆ ਐਟ ਅ ਟਾਈਮ ਕੋਈ ਲਾਲੋ ਵੀ ਐਵਰੇਜ 2-3000 ਬੰਦਾ ਇਕੱਠਾ ਇੱਕ ਵੱਡੇ ਹਾਲ 'ਚ ਬੈਠਾ ਹੁੰਦਾ ਵੱਧ ਵੀ ਹੁੰਦੇ ਕਈ ਵਾਰੀ ਤੇ ਉਹਨਾਂ ਕੋਲੋਂ ਉਹ ਤੋਂ ਪੁੱਛਿਆ ਜਾਂਦਾ ਤੁਹਾਡੇ ਨੇ ਚਾਈਨਾ ਤੋਂ ਕਿਹੜੇ ਆਏ ਆ ਸਟੇਜ ਤੋਂ ਜਿਹੜਾ ਸਟੇਜ ਸੈਕਟਰ ਹੁੰਦਾ ਉਹ ਉੱਚੀ ਉੱਚੀ ਖੱਪ ਪੰਦੇ ਆ ਫਿਰ ਪੁੱਛਦੇ ਇੰਡੀਆ ਤੋਂ ਕਿਹੜੇ ਆਏ ਆ ਫਿਰ ਸਾਨੂੰ ਬੜੀ ਹੈਰਾਨਗੀ ਹੁੰਦੀ ਹੈ ਜਦੋਂ ਇੰਗਲੈਂਡ ਕੈਨੇਡਾ ਵਰਗੇ ਦੇਸ਼ਾਂ ਤੋਂ ਵੀ ਲੋਕ ਅਮਰੀਕਾ ਜਾ ਕੇ ਸਿਟੀਜ਼ਨਸ਼ਿਪ ਲੈਂਦੇ ਆ ਆਪਣੀ ਸਿਟੀਜ਼ਨਸ਼ਿਪ ਛੱਡ ਕੇ ਮਤਲਬ ਇਹ ਇੱਕ ਮਤਲਬ ਜਿਵੇਂ ਪਹਿਲਾਂ ਕਿਹਾ ਕਿ ਇਹ ਬੜਾ ਇੱਕ ਆਪਰਚੂਨਿਸਟ ਕੰਟਰੀ ਹੈਗਾ ਤੇ ਜਿਹਦੇ ਕਰਕੇ ਲੋਕ ਇਹਨੂੰ ਜਿਆਦਾ ਐਕਸਾਈਟਡ ਹੁੰਦੇ ਆ ਜਾਣ ਨੂੰ ਤੇ ਬੈਸਟ ਕੰਟਰੀ ਜਿਹਨੂੰ ਆਪਾਂ ਕਹਿ ਸਕਦੇ ਆ ਵਰਲਡ ਦਾ ਇਹ ਥੋੜੇ ਸਮੇਂ ਲਈ ਇੱਕ ਕ੍ਰਾਈਸਿਸ ਹੈਗੇ ਆ ਬੈਕਲੌਗ ਤੇ ਪੂਰਾ ਹੋਈ ਜਾਣਾ ਅੱਗੇ ਫੇਰ ਸਾਰਾ ਮੈਨੂੰ ਉਮੀਦ ਆ ਕਿ ਸਮੂਥਲੀ ਚੱਲੂਗਾ ਹੁਣ ਨਾ ਆਉਂਦੇ ਆ ਆਪਾਂ ਅਮਰੀਕੀ ਰਾਸ਼ਟਰਪਤੀ ਜੋ ਵਾਈਡਨ ਦੇ ਉੱਤੇ ਕਿਉਂਕਿ ਉਹਨਾਂ ਨੂੰ ਚੋਣਾਂ ਦੇ ਵਿੱਚ ਜਿਤਾਉਣ ਦਾ ਕਿਤੇ ਨਾ ਕਿਤੇ ਜਿਹੜੀਆਂ ਭਾਰਤੀਆਂ ਵੱਲੋਂ VOTING ਕੀਤੀ ਗਈ ਉਹਨਾਂ ਨੂੰ ਸਿਗਾ ਕਿ ਸ਼ਾਇਦ ਸਾਡੇ ਵੀਜ਼ਾ ਦੇ ਵਿੱਚ ਕੋਈ ਸਾਨੂੰ ਫਾਇਦਾ ਮਿਲੇਗਾ ਇਮੀਗ੍ਰੇਸ਼ਨ ਦੇ ਪੁਆਇੰਟ ਆਫ 뷰 ਦੇ ਨਾਲ VOTING ਕੀਤੀ ਗਈ ਹੁਣ ਟਰੰਪ ਜਿਹੜੇ ਆ ਉਹ ਅਨਾਉਂਸ ਕਰ ਚੁੱਕੇ ਆ ਕਿ ਮੈਂ ਤਾਂ 2024 ਦੇ ਵਿੱਚ ਰਾਸ਼ਟਰਪਤੀ ਦੀਆਂ ਚੋਣਾਂ ਜਿਹੜੀਆਂ ਉਹ ਤਾਂ ਲੜਨੀਆਂ ਹੀ ਲੜਨੀਆਂ ਨੇ ਵੋਟਾਂ ਚ ਹੋਣਾ ਹੀ ਹੋਣਾ ਆ ਦੂਸਰੇ ਪਾਸੇ ਹੱਲੇ ਅਮਰੀਕੀ ਰਾਸ਼ਟਰਪਤੀ ਜਿਹੜੇ ਵਾਈਡਨ ਆ ਉਹ ਆਪਣੇ ਵੱਲੋਂ ਕੋਈ ਉਹਨਾਂ ਦਾ ਬਿਆਨ ਨਹੀਂ ਆ ਰਿਹਾ ਡੈਮੋਕ੍ਰੈਟਿਕ ਵੀ ਰਿਪਬਲਿਕਨਸ ਵੀ ਚਾਹ ਰਿਹਾ ਕਿ ਉਹ ਵੋਟਾਂ 'ਚ ਨਾ ਖੜੇ ਹੋਣ ਇਹਦੇ ਵਿੱਚ ਆਪਣੀਆਂ ਦੋ ਗੱਲਾਂ ਡਿਸਕਸ਼ਨ ਕਰਨ ਵਾਲੀਆਂ ਇੱਕ ਤੇ ਹੈਗਾ ਵੀ ਆਉਣ ਵਾਲੀਆਂ ਚੋਣਾਂ ਵਿੱਚ 2024 'ਚ ਜਿਹੜੀਆਂ ਇਲੈਕਸ਼ਨਾਂ ਹੋ ਰਹੀਆਂ ਪ੍ਰੈਜ਼ੀਡੈਂਟ ਦੀਆਂ ਉਦੋਂ ਕੈਂਡੀਡੇਟ ਕੌਣ ਹੋਊਗਾ ਮੈਂ ਤੁਹਾਨੂੰ ਇਹਦੇ 'ਚ ਪਹਿਲਾਂ ਤਾਂ ਇਹ ਕਲੀਅਰ ਕਰ ਦਾਂਗੇ ਦੋ ਮੁੱਖ ਪਾਰਟੀਆਂ ਹੈਗੀਆਂ ਇੱਕ ਡੈਮੋਕ੍ਰੇਟ ਇੱਕ ਰਿਪਬਲਿਕਨ ਹਮ ਰਿਪਬਲਿਕਨ ਦੇ ਪਿਛਲੇ ਪ੍ਰੈਜ਼ੀਡੈਂਟ ਸੀਗੇ ਡੋਨਾਲਡ ਟਰੰਪ ਹਾਂਜੀ ਤੇ ਜਿਹੜੇ ਡੈਮੋਕ੍ਰੈਟਿਕ ਪਾਰਟੀ ਦੇ ਸੀਗੇ ਹੁਣ ਹੈਗੇ ਆ ਉਹ ਜੋ ਬਾਈਡਨ ਹਮ ਹੁਣ ਪਿਛਲੀ ਜਿਹੜੀ ਚੋਣ 4 ਸਾਲਾਂ ਬਾਅਦ ਹੀ ਡੋਨਾਲਡ ਟਰੰਪ ਜਿਹੜੇ ਆ ਉਹ ਹਾਰ ਗਏ ਹਮ ਇਹਦਾ ਆਮ ਤੌਰ ਤੇ 2 ਟਰਮਸ ਜਿਹੜੇ ਆ ਅਮਰੀਕਾ ਦਾ ਟ੍ਰੈਡੀਸ਼ਨ ਰਿਹਾ ਵੀ 2 ਟਰਮਸ ਬੜੇ ਸੋਖੇ ਜਿਹੜੇ ਆ 4-4 ਸਾਲਾਂ ਦੇ ਉਹ ਉੱਥੋਂ ਦੇ ਪ੍ਰੈਜ਼ੀਡੈਂਟ ਜਿੱਤ ਜਾਂਦੇ ਆ ਦੋ ਟਰੰਸ ਪੂਰੀਆਂ ਕਰ ਜਾਂਦੇ ਆ ਪਰ ਇਹਨਾਂ ਦੀ ਬਿਆਨਬਾਜ਼ੀ ਇਹਨਾਂ ਦੀ ਤੱਕੇਸ਼ਾਈ ਇਹਨਾਂ ਦੀ ਇਮੀਗ੍ਰੇਸ਼ਨ ਦੀਆਂ ਜਿਹੜੀਆਂ ਅਗੇਂਸਟ ਪਾਲਿਸੀਜ਼ ਨੇ ਡੋਨਲਡ ਟਰਪ ਨੂੰ ਹਾਰ ਦਾ ਉਹਨਾਂ ਨੂੰ ਮੂੰਹ ਦੇਖਣਾ ਪਿਆ ਤੇ ਉਸ ਕਰਕੇ ਇਹ ਜਿਹੜੇ ਆ ਮਤਲਬ ਹਾਰ ਗਏ ਸੀ ਪਰ ਹਾਰਨ ਦੇ ਬਾਅਦ ਵੀ ਇਹਨਾਂ ਨੇ ਆਪਣਾ ਜਿਹੜਾ ਐਜੀਟੇਸ਼ਨ ਨੂੰ ਕਹ ਲੋ ਜੀ ਤਾਂ ਉਹ ਜਾਰੀ ਰੱਖਿਆ ਬੜੇ ਬਿਆਨ ਦਿੱਤੇ ਬੜੇ ਲੋਕਾਂ ਨੂੰ ਭੜਕਾਇਆ ਵੀ ਉਹਦੇ ਭੜਕਾਉਣ ਨਾਲ ਕੈਪੀਟਲ ਹਿੱਲ 'ਚ ਕਾਫੀ ਵੱਡੀ ਗੰਢੀ ਵਿੱਚ ਲੋਕ ਇਕੱਠੇ ਹੋ ਗਏ ਉੱਥੇ ਅਟੈਕ ਹੋ ਗਿਆ ਦ੍ਰਿਸ਼ਟੀ 'ਚ ਫਸਟ ਟਾਈਮ ਐਵਰ ਹੋਇਆ ਕਿ ਕੈਪੀਟਲ ਦੇ ਉੱਤੇ ਕਿਸੇ ਆਮ ਪਬਲਿਕ ਨੇ ਅਟੈਕ ਕਰ ਦਿੱਤਾ ਉਹ ਇੱਕ ਬੜੀ ਮੰਦਭਾਗੀ ਘਟਨਾ ਸੀ ਪੰਜ ਬੰਦੇ ਵੀ ਉਦੋਂ ਮਰੇ ਸੀ ਤੇ ਉਸ ਤੋਂ ਬਾਅਦ ਇਹਨਾਂ ਨੇ ਫੇਰ ਵੀ ਇਹ ਆਪਣਾ ਜਿਹੜਾ ਸੀਗਾ ਉਹ ਛੱਡਿਆ ਨਹੀਂ ਕਿ ਮੈਂ ਦੁਬਾਰਾ ਫੇਰ ਪ੍ਰੈਜ਼ੀਡੈਂਟ ਲੜੂੰਗਾ ਇਹਨਾਂ ਨੇ ਇਹ ਵੀ ਪਿਛਲੀ ਥੋੜੇ ਦਿਨ ਪਹਿਲਾਂ ਕਿਹਾ ਕਿ ਮੈਂ ਜਿਹੜਾ ਹੈਗਾ ਵੀ ਇੱਥੇ ਕਪਲਾ ਹੋ ਗਿਆ ਐਦਾਂ ਕਦੇ ਹੋ ਨਹੀਂ ਸਕਦਾ ਅਮਰੀਕਾ 'ਚ ਕਦੇ ਵੀ ਕਪਲਾ ਨਹੀਂ ਹੁੰਦਾ ਕਿਉਂਕਿ ਰੌਲਾ ਤਾਂ ਪਾ ਰਹੇ ਆ ਉਹਨਾਂ ਨੂੰ ਪਤਾ ਕਿ ਹੁਣ ਉਹਨਾਂ ਦੀ ਜਿਹੜੀਆਂ ਇਨਕੁਆਰੀਜ਼ ਆ ਉਹ ਬਹੁਤ ਹਾਈ ਲੈਵਲ ਤੇ ਪਹੁੰਚ ਗਈਆਂ ਉਹਨਾਂ ਦੇ ਕੁਝ ਰਿਕਾਰਡ ਵੀ ਉਹਨਾਂ ਦੇ ਜਿਹੜੇ ਹੈਗੇ ਆ ਉਹ ਇਨਕਮ ਟੈਕਸ ਵਿਭਾਗ ਵੱਲੋਂ ਇਕੱਠੇ ਕਰ ਲਏ ਗਏ ਆ ਤੇ ਹੋਰ ਵੀ ਜਿਹੜੇ ਉਹਨਾਂ ਦਾ ਜਿਹੜਾ ਰੇਡਸ ਆ ਜਿਹੜੀਆਂ ਉਹ ਚੱਲ ਰਹੀਆਂ ਇੰਟਰਨਲ ਵੀ ਚੱਲ ਰਹੀਆਂ ਸਾਹਮਣੇ ਵੀ ਚੱਲ ਰਹੀਆਂ ਉਹਨਾਂ ਦਾ ਇਸ ਵੇਲੇ ਜਿਵੇਂ ਕਹਿ ਲਵਾਂ ਵੀ ਬੈਡ ਟਾਈਮ ਉਹ ਦੁਬਾਰਾ ਐਸੇ ਕਰਕੇ ਫੇਰ ਇਹ ਕਹਿਣਾ ਚਾਹੁੰਦੇ ਆ ਕਿ ਮੈਂ ਪ੍ਰੈਜ਼ੀਡੈਂਟ ਫੇਰ ਅਗਲੇ ਇਲੈਕਸ਼ਨਾਂ ਚ ਲੜੂੰਗਾ ਪਰ ਉਹਨਾਂ ਦੀ ਪਾਰਟੀ ਇਹ ਚਾਹੁੰਦੀ ਨਹੀਂ ਕਿ ਉਹ ਇਲੈਕਸ਼ਨ ਲੜਨ ਕਿਉਂਕਿ ਉਹਨਾਂ ਨੂੰ ਪਤਾ ਵੀ ਇਹਨਾਂ ਦੀਆਂ ਪੋਲਿਸੀਜ਼ ਕਰਕੇ ਉਹ ਰਿਪਬਲਿਕਨ ਪਾਰਟੀ ਜਿਹੜੀ ਸੀ ਉਹ ਜਿੱਤ ਨਹੀਂ ਸਕੀ ਉਹਦੇ ਕਰਕੇ ਬਾਈਡਨ ਜਿਹੜਾ ਉਹ ਜਿੱਤਿਆ ਉਹ ਨਹੀਂ ਚਾਹੁੰਦੇ ਵੀ ਇਹ ਹੁਣ ਦੁਬਾਰਾ ਹੁਣ ਐਸੇ ਕਰਕੇ ਤੇ ਨਾਲ ਦੀ ਨਾਲ ਇਹ ਵੀ ਐਸੋਲੇ ਇੱਕ ਚਾਂਸ ਬਣਦਾ ਜਾਂਦਾ ਜੇ ਜਿਹੜੀਆਂ ਅਗਲੀਆਂ ਆਉਣ ਵਾਲੀਆਂ ਚਾਉਣਾ ਉਹ ਇਮੀਗ੍ਰੇਸ਼ਨ ਨਾਲ ਰਿਲੇਟਡ ਹੋਣਗੇ ਕਿਉਂਕਿ ਸਾਡਾ ਇਹ ਪ੍ਰੋਗਰਾਮ ਸਪੈਸ਼ਲੀ ਇਮੀਗ੍ਰੇਸ਼ਨ ਨਾਲ ਰਿਲੇਟਡ ਆ ਸੀ ਦੱਸਣਾ ਚਾਹੁੰਦੇ ਆ ਆਪਣੇ ਦਰਸ਼ਕਾਂ ਨੂੰ ਕਿ ਅਗਲਾ ਪ੍ਰੋਗਰਾਮ ਜਿਹੜਾ ਅਗਲਾ ਜਿਹੜਾ ਕੈਂਡੀਡੇਟ ਹੋਊਗਾ ਉਹ ਇਮੀਗ੍ਰੇਸ਼ਨ ਜਿਹੜੀਆਂ ਯੂ ਐਸ ਦੀ ਇਮੀਗ੍ਰੇਸ਼ਨ ਦੇ ਹੱਕ ਵਿੱਚ ਗੱਲ ਕਰੂਗਾ ਨਾ ਕਿ ਅਗੇਂਸਟ ਚਾਹੇ ਉਹ ਬਾਰਡਰ ਚਾਹੇ ਕੰਦ ਦਾ ਜਾਂ ਚਾਹੇ ਬੈਕਲੋਗ ਪੂਰਾ ਕਰਨ ਦੀ ਗੱਲ ਤੇ ਉਹ ਹੀ ਅੱਗੇ ਆ ਸਕੇਗਾ ਜਿਹੜਾ ਕਿ ਇਹ ਚੀਜ਼ਾਂ ਨੂੰ ਮੱਧੇ ਨਜ਼ਰ ਰੱਖਦੇ ਹੋਏ ਲੋਕਾਂ ਦੀ ਗੱਲ ਸਮਝਦੇ ਹੋਏ ਦੱਸੂਗਾ ਕਿ ਮੈਂ ਇਮੀਗ੍ਰੇਸ਼ਨ ਦੇ ਹੱਕ ਜਾਂ ਜੇ ਨਹੀਂ ਹੋਊਗਾ ਉਹਨੂੰ ਉਸ ਕੈਂਡੀਡੇਟ ਨੂੰ ਹਾਰ ਦਾ ਮੂੰਹ ਦੇਖਣਾ ਪਊ ਹੁਣ ਅਜੇ ਬਾਈਡਨ ਦੀ ਗੱਲ ਜਿਵੇਂ ਤੁਸੀਂ ਕਹਿਆ ਹੋ ਕਿ ਬਾਈਡਨ ਦਾ ਜਿਹੜਾ ਇਸ ਵੇਲੇ ਆਪਣੀ ਪਾਰਟੀ 'ਚ ਜਿਹੜਾ ਗ੍ਰਾਫ ਆ ਥੋੜਾ ਜਿਆਦਾ ਘਟ ਗਿਆ ਹਾਲਾਂਕਿ ਇਹਨਾਂ ਨੇ ਪਿਛਲੀ ਜਿਹੜੀਆਂ ਹੁਣ ਮੱਧਕਾਲੀ ਚੋਣਾਂ ਹੋਈਆਂ ਸੀ ਉਹਦੇ ਵਿੱਚ ਕਾਫੀ ਵਧੀਆ ਪ੍ਰਦਰਸ਼ਨ ਇਹਨਾਂ ਦਾ ਰਿਹਾ ਉਹ ਰਿਹਾ ਤਾਂ ਆ ਬਿਕਾਜ਼ ਆਫ ਟਰੰਪ ਬਿਟ ਟਰੰਪ ਅਗੇਂਸਟ ਚੱਲਦਾ ਸੀ ਇਮੀਗ੍ਰੇਸ਼ਨ ਦੀ ਪੋਲਿਸੀਜ਼ ਦੇ ਖਿਲਾਫ ਗੱਲ ਕਰਦਾ ਸੀ ਜਾਂ ਹੋਰ ਰਸਤਿਆਂ ਦੀ ਗੱਲਾਂ ਜਿਹੜੀਆਂ ਸੀਗੀਆਂ ਉਹ ਕਰਦਾ ਸੀਗਾ ਤੇ ਉਹਦੇ ਕਰਕੇ ਲੋਕ ਉਤੋਂ ਔਖੇ ਸੀ ਉਹਨਾਂ ਨੇ ਉਹਦੇ ਵਿਰੋਧ ਵਿੱਚ ਬੂਟਾਂ ਪਾਈਆਂ ਤੇ ਇਹ ਤਾਂ ਹੋ ਗਿਆ ਦੋਵਾਂ ਕੈਂਡੀਡੇਟਾਂ ਦਾ ਇਸ ਵੇਲੇ ਜਿਹੜਾ ਕੈਂਡੀਡੇਟ ਸੀ ਦਾ ਹਾਲਾਂਕਿ ਬਾਈਡਨ ਨੇ ਨਹੀਂ ਕਿਹਾ ਹਾਲ ਤਾਂ ਕਿ ਮੈਂ ਇਲੈਕਸ਼ਨ ਲੜਨੀ ਆ ਬਾਈਡਨ ਦੀ ਪਾਰਟੀ ਵੱਲੋਂ ਉਧਰੋਂ ਜਿਹੜੀ ਉਹਨਾਂ ਦੀ ਵਾਈਸ ਪ੍ਰੈਜ਼ੀਡੈਂਟ ਉਹਨੇ ਆਲਰੇਡੀ ਕਮਲਾ ਹੈਰਿਸ ਨੇ ਅਨਾਉਂਸ ਕੀਤਾ ਹੋਇਆ ਕਿ ਮੈਂ ਇਲੈਕਸ਼ਨ ਲੜਨੀ ਅਗਲੀ ਉਹ ਪਿਛਲੀ ਵਾਰ ਵੀ ਕੈਂਡੀਡੇਟ ਸੀ ਤੇ ਉਧਰੋਂ ਨਿੱਕੀ ਹੈਲੀ ਰੰਦਾਵਾ ਜਿਹੜੀ ਪੰਜਾਬਾ ਨੂੰ ਮੂਲ ਦੀ ਕੁੜੀ ਆ ਉਨੇ ਵੀ ਅਨਾਉਂਸ ਕੀਤਾ ਹੈਗੇ ਔਰ ਪਬਲਿਕਨ ਪਾਰਟੀ ਵੱਲੋਂ ਵੀ ਚੋਣ ਹੋਵੇ ਤੇ ਉਹ ਮਤਲਬ ਬਾਕੀ ਆਉਣ ਵਾਲਾ ਸਮਾਂ ਦੱਸੇਗਾ ਕਿ ਕਿਸ ਤਰ੍ਹਾਂ ਦਾ ਜਿਹੜਾ ਇਹ ਮਾਹੌਲ ਬੜਦਾ ਕਿਉਂਕਿ ਹੱਲੇ ਇਸ ਗੱਲ ਨੂੰ 2 ਸਾਲ ਰਹਿੰਦੇ ਆ ਬਿਲਕੁਲ ਬਿਲਕੁਲ ਔਰ ਹੁਣ ਨਾ ਰੌਲਾ ਪੈਣ ਲੱਗ ਗਿਆ ਕਿ ਜਿਹੜੇ ਅਮਰੀਕੀ ਰਾਸ਼ਟਰਪਤੀ ਨੇ ਜੋ ਵਾਈਡਨ ਉਹਨਾਂ ਦਾ ਜਿਹੜਾ ਰਾਸ਼ਟਰਪਤੀ ਕਮਿਸ਼ਨ ਹੈ ਜਾਂ ਹੋਰ ਉਹਨਾਂ ਤੱਕ ਗੱਲ ਪੰਚਾਈ ਜਾ ਰਹੀ ਹੈ ਕਿ ਜਦੋਂ ਕਿਤੇ ਵੀ ਜੋ ਵਾਈਡਨ ਭਾਸ਼ਣ ਦਿੰਦੇ ਨੇ ਉਨ੍ਹਾਂ ਦੇ ਭਾਸ਼ਣ ਦਾ ਅਨੁਵਾਦ ਕੀਤਾ ਜਾਵੇ ਖਾਸ ਤੌਰ ਤੇ ਹਿੰਦੀ ਦੇ ਵਿੱਚ ਜਿਹੜੀਆਂ ਏਸ਼ੀਆ ਦੀਆਂ ਤਿੰਨ ਮੂਲ ਲੈਂਗੁਏਜੇਸ ਨੇ ਕਿਉਂਕਿ ਇੱਧਰ ਜਿਹੜੇ ਆ ਵਾਈਡਨ ਨੂੰ ਸੁਣਿਆ ਜਾਂਦਾ ਆ ਜਦੋਂ ਉਹਨਾਂ ਦੀ ਭਾਸ਼ਾ ਦਾ ਉਹਨਾਂ ਦੇ ਭਾषण ਦਾ ਅਨੁਵਾਦ ਕਿਸੇ ਲੋਕਲ ਲੈਂਗੁਏਜ ਦੇ ਵਿੱਚ ਜਾਂ ਕਿਸੇ ਕੰਟਰੀ ਦੀ ਲੈਂਗੁਏਜ ਦੇ ਵਿੱਚ ਹੋਏਗਾ ਤਾਂ ਉਹਨਾਂ ਦੀ ਗੱਲ ਲੋਕਾਂ ਤੱਕ ਪਹੁੰਚਦੀ ਹੋਏਗੀ ਇੱਥੇ ਇਹ ਵੀ ਦੇਖਣਾ ਬਣਦਾ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਦੀ ਗੱਲ ਦੇ ਮਹੱਤਵ ਕਿੰਨੇ ਹੋ ਜਾਂਦੇ ਆ ਜੀ ਬਿਲਕੁਲ 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 ਆਪਾਂ ਇੱਕ ਗੱਲ ਨਾਲ ਦੇ ਨਾਲ ਬੜੀ ਇੱਕ ਮੈਂ ਹੋਰ ਗੱਲ ਸਾਂਝੀ ਕਰਨਾ ਚਾਹੁੰਦਾ ਆਪਣੇ ਪੰਜਾਬ ਮਿਲ ਦੇ ਦਸਤਕ ਹਾਲੇ ਅਰਕੀ ਕੈਲੀਫੋਰਨੀਆ ਦੀ ਇਲੈਕਸ਼ਨ ਵਿੱਚ ਜਿਹੜਾ ਪੰਜਾਬੀਆਂ ਦਾ ਬੜਾ ਵੱਡਾ ਰੋਲ ਰਿਹਾ ਬਿਲਕੁਲ ਬਹੁਤ ਸਾਰੇ ਸਿੱਖ ਕੈਂਡੀਡੇਟ ਜਿਹੜੇ ਆ ਉਹ ਜਿੱਤ ਕੇ ਸਾਹਮਣੇ ਆਏ ਆ ਜਿਹਦੇ ਵਿੱਚ ਇੱਕ ਇਤਿਹਾਸ ਵੀ ਸਿਰਜਿਆ ਗਿਆ ਸਾਡੀ ਇੱਕ ਪੰਜਾਬਣ ਸਿੱਖ ਕੁੜੀ ਜਿਹਨਾਂ ਦਾ ਪੂਰਾ ਪਰਿਵਾਰ ਇੱਕ ਗੁਰਸਿੱਖ ਪਰਿਵਾਰ ਆ ਸਰ ਦਵਿੰਦਰ ਸਿੰਘ ਬੈਂਸ ਦੀ ਬੇਟੀ ਜਸਮੀਤ ਕੌਰ ਬੈਂਸ ਜਿਹੜੇ ਕਿ ਡਾਕਟਰ ਪੇਸ਼ੇ ਵਜੋਂ ਬੇਕਰਸਫੀਲਡ ਡਿਸਟ੍ਰਿਕਟ 34 ਤੋਂ ਉਹਨਾਂ ਨੇ ਇਲੈਕਸ਼ਨ ਜਿੱਤੀ ਆ ਫਰਸਟ ਐਵਰ ਅਸੈਂਬਲੀ ਵੂਮਨ ਜਿਹੜੀ ਸਿੱਖ ਉਹ ਅਮਰੀਕਾ ਦੇ ਇਤਿਹਾਸ ਵਿੱਚ ਉਹ ਜਿੱਤ ਕੇ ਸਾਹਮਣੇ ਆਈ ਆ ਤੇ ਸਾਡੇ ਲਈ ਬੜੇ ਮਾਣ ਵਾਲੀ ਗੱਲ ਆ ਕਿ ਐਡੇ ਵੱਡੇ ਉਹਦੇ ਲਈ ਜਿੱਤਣਾ ਵੱਡੀ ਗੱਲ ਹੈ ਕਿ ਜਸਮੀਤ ਜਿਹੜੀ ਆ ਉਹ ਪਹਿਲਾਂ ਕਦੇ ਵੀ ਇੱਕ ਕੋਈ ਵੱਡੀ ਇਹ ਲੀਡਰ ਨਹੀਂ ਸੀ ਹੂੰ ਉਹ ਉਹ ਉਹਦੇ ਅਗੇਂਸਟ ਜਿਹੜੀ ਉਹਦੇ ਅਗੇਂਸਟ ਜਿਹੜੀ ਕੈਂਡੀਡੇਟ ਖੜੀ ਸੀ ਜੀ ਉਹ ਵੀ ਇੱਕ ਉਹ ਉਹ ਆਲਰੇਡੀ ਇੱਕ ਬੜੀ ਵੱਡੀ ਲੀਡਰ ਸੀ ਆਲਰੇਡੀ ਉਹ ਪਹਿਲਾਂ ਵੀ ਉਹ ਇਲੈਕਸ਼ਨ ਜਿੱਤ ਚੁੱਕੀ ਸੀ ਤੇ ਇੱਕ ਜਿੱਤੇ ਹੋਏ ਕੈਂਡੀਡੇਟ ਨੂੰ ਅਮਰੀਕਾ ਵਿੱਚ ਹਰਾਉਣਾ ਬੜਾ ਔਖਾ ਇੱਕ ਨਵੇਂ ਕੈਂਡੀਡੇਟ ਲਈ ਅ ਲੋਕਾਂ ਨੇ ਉਹਦਾ ਸਿਰਫ ਕੰਮ ਦੇਖਿਆ ਕੰਮ ਦੇਖ ਕੇ ਉਹਨੂੰ ਮਤਲਬ ਉਹਦੀਆਂ ਉਹਦੀਆਂ ਜੋ ਵੀ ਉਹਨੇ ਗਤੀਵਿਧੀਆਂ ਕੀਤੀਆਂ ਜਸਮੀਤ ਕੌਰ ਨੇ ਜੀ ਉਹਨੂੰ ਦੇਖਦੇ ਹੋਏ ਉਹਨਾਂ ਨੇ ਉਹਨੂੰ ਉਹਨੂੰ ਜਿਤਾਇਆ ਉਹਨੂੰ ਵੋਟਾਂ ਪਈਆਂ ਬਹੁਤ ਭਾਰੀ ਮਤ ਨਾਲ ਜਿਹੜੀ ਆ ਉਹ ਵੋਟਾਂ ਜਿੱਤੀ ਆ ਤੇ ਇੱਕ ਨਵਾਂ ਇਤਿਹਾਸ ਜਿਹੜਾ ਸਿਰਜਿਆ ਇਸ ਤੋਂ ਨਵਾਂ ਸਾਡੀ ਐਲਕ ਗਰੁੱਪ ਸਿਟੀ ਦੀ ਮੇਅਰ ਉਹ ਦੁਬਾਰਾ ਫੇਰ ਚੁਣ ਕੇ ਬੋਬੀ ਸਿੰਘ ਐਲਨ ਹੂੰ ਉਹ ਫੇਰ ਦੁਬਾਰਾ ਇੱਕ ਮੇਅਰ ਬਣਿਆ ਐਲਕ ਗਰੁੱਪ ਸਿਟੀ ਦੇ ਹੂੰ ਐਲਥਰੋਪ ਸਿਟੀ ਦੇ ਮੇਅਰ ਜਿਹੜੇ ਆ ਉਹ ਪੰਜਵੀਂ ਵਾਰ ਦੁਬਾਰਾ ਇਲੈਕਸ਼ਨ ਜਿੱਤੇ ਪੰਜਵੀਂ ਵਾਰ 41ਵਾਲ ਸਾਹਿਬ ਸੋਹਣੀ 41ਵਾਲ ਉਹਨਾਂ ਨੇ ਦੁਬਾਰਾ ਇਲੈਕਸ਼ਨ ਜਿੱਤੀ ਹੈ ਗਾਰਟ ਸਿਟੀ ਦੇ ਜਿਹੜੇ ਪਹਿਲਾਂ ਮੇਅਰ ਸੀਗੇ ਪ੍ਰਗਟ ਸਿੰਘ ਸੰਧੂ ਉਹ ਫੇਰ ਦੁਬਾਰਾ ਉਹ ਵੀ ਜਿੱਤ ਗਏ ਪ੍ਰਗਟ ਸਿੰਘ ਪੂਰੀ ਦਸਤਾਰ ਸਜਾਉਂਦੇ ਆ ਤੇ ਉਹ ਵੀ ਇਲੈਕਸ਼ਨ ਜਿੱਤੇ ਆ ਇਸ ਤੋਂ ਇਲਾਵਾ ਹੋਰ ਵੀ ਕੁਝ ਕਾਉਂਸਲ ਮੈਂਬਰਸ ਸਕੂਲ ਬੋਰਡਸ ਉਹਨਾਂ ਦੇ ਡਾਇਰੈਕਟਰ ਜਾਂ ਹੋਰ ਵੱਖਰੇ ਵੱਖ-ਵੱਖ ਇਲੈਕਸ਼ਨਾਂ ਵਿੱਚ ਸਾਡੇ ਕਾਫੀ ਲੋਕ ਜਿਹੜੇ ਜਿੱਤ ਕੇ ਆਏ ਆ ਇਸ ਤੋਂ ਅੱਪੇ ਨਾਲ ਦੇ ਨਾਲ ਵੀ ਦੱਸ ਦਿਆਂ ਆ ऑलरेडी ਜਿਹੜੇ ਪਿਛਣੀਆਂ ਇਲੈਕਸ਼ਨਾਂ ਵਿੱਚ ਕਰਮ ਬੈਂਸ ਜਿਹੜੇ ਕਾਉਂਟੀ ਸੁਪਰਵਾਈਜ਼ਰ ਯੂਬਾ ਸਿਟੀ ਤੋਂ ਉਹ ਇਲੈਕਸ਼ਨ ਆਲਰੇਡੀ ਜਿੱਤੇ ਹੋਏ ਸੀਗੇ 2 ਸਾਲ ਪਹਿਲਾਂ ਜਿਹੜੇ ਇਲੈਕਸ਼ਨ ਹੋਏ ਸੀ ਮੈਨੀ ਗਰੇਵਾਲ ਉਹ ਵੀ ਕਾਉਂਟੀ ਸੁਪਰਵਾਈਜ਼ਰ ਇਹ ਵੀ ਉਹ ਵੀ ਉਹ ਵੀ ਦਸਤਾਰਤਾਰੀ ਆ ਬੜਾ ਗੁਰਸਖ ਪਰਿਵਾਰ ਆ ਉਹਨਾਂ ਦਾ ਵੀ ਤੇ ਇਸ ਤਰ੍ਹਾਂ ਜਿਹੜੇ ਹੌਲੀ ਹੌਲੀ ਜਿਹੜਾ ਹੁਣ ਇਹਨਾਂ ਦਾ ਪੰਜਾਬੀਆਂ ਦਾ ਸਿੱਖਾਂ ਅਮਰੀਕਾ ਦੀ ਪੋਲਿਟਿਕਸ ਵਿੱਚ ਇਨਵੋਲਵਮੈਂਟ ਹੋਣੀ ਸ਼ੁਰੂ ਹੋ ਗਈ ਹੈ ਤੇ ਇੱਕ ਸ਼ੁਭ ਸੰਤੇਗ ਇਹਨਾਂ ਇਲੈਕਸ਼ਨਾਂ ਵਿੱਚ ਪਹਿਲੀ ਵਾਰੀ ਭਾਰੀ ਗਿਣਤੀ ਵਿੱਚ ਸਾਨੂੰ ਇਹ ਦੇਖਣ ਨੂੰ ਮਿਲਿਆ ਅਮੀਰ ਕਰਦੇ ਆ ਕਿ ਹੋਰ ਸਟੇਟਸ ਵਿੱਚ ਵੀ ਜਿਹੜੇ ਹੈਗੇ ਆ ਬਾਕੀ ਅਮਰੀਕਾ ਦੇ ਜਿਹੜੀਆਂ ਸਟੇਟਾਂ ਹੈਗੀਆਂ ਕੁਝ ਸੈਟਲ ਤੋਂ ਵੀ ਨਿਊਜ਼ ਆਈਆਂ ਵੀ ਉੱਥੇ ਵੀ ਇੱਕ ਲੇਡੀ ਨੇ ਕਾਫੀ ਵੱਡੀ ਪ੍ਰਾਪਤੀ ਕੀਤੀ ਆ ਆਲਰੇਡੀ ਜਿਹੜਾ ਸਾਡਾ ਨਿਊ ਜਰਸੀ ਦੇ ਨਾਲ ਇੱਕ ਸਿਟੀ ਹੈਗਾ ਉੱਥੋਂ ਮਿਸਟਰ ਭੱਲਾ ਉਹ ਮੇਅਰ ਦੂਜੀ ਵਾਰ ਫੇਰ ਜਿੱਤੇ ਉਹ ਜਨਨਮੀ ਮਸਲੀ ਜਿੱਤ ਗਏ ਬਿਲਕੁਲ ਉਹ ਇਟ ਸੋਲਿਡ ਸੀ ਪਹਿਲਾਂ ਉਹ ਮੇਅਰ ਜਿੱਤੇ ਹੋਏ ਸੀ ਜਦੋਂ ਹਰ ਕੀ ਇਲੈਕਸ਼ਨ ਆਇਆ ਉਹਨਾਂ ਦੇ ਅਗੇਂਸਟ ਕੋਈ ਖੜਿਆ ਹੀ ਨਹੀਂ ਇੱਕ ਸਿੱਖ ਪੂਰਾ ਮਤਲਬ ਦੇਖ ਵਾਲਾ ਬੰਦਾ ਤੇ ਗੋਰਖੇ ਖ ਬੰਦਾ ਉਹਨੂੰ ਦੁਆਰਾ ਉਹਦੇ ਖਿਲਾਫ ਨਾ ਖੜਨਾ ਇਹ ਬੜੀ ਵੱਡੀ ਗੱਲ ਹੈ ਅਮਰੀਕਾ ਦੀ ਪੋਲਿਟਿਕਸ ਦੇ ਵਿੱਚ ਵੀ ਜਿਹੜੇ ਪੰਜਾਬੀ ਆ ਉਹਨਾਂ ਦੀ ਸ਼ਮੂਲੀਅਤ ਪਹਿਲਾਂ ਨਾਲੋਂ ਵਧੀਆ ਤਰੀਕੇ ਨਾਲ ਹੋਣ ਲੱਗ ਗਈ ਹੈ ਅਮਰੀਕਾ ਦੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਵੀ ਜਿਹੜੀ ਸ਼ਮੂਲੀਅਤ ਆ ਹੋਣ ਲੱਗੀ ਕੈਨੇਡਾ ਦੇ ਵਿੱਚ ਤਾਂ ਅਸੀਂ ਬਹੁਤ ਜ਼ਿਆਦਾ ਸੁਣਦੇ ਹਾਂ ਹੁਣ ਵੀ ਅੱਜ ਦਿਨ ਕੋਈ ਨਾ ਕੋਈ ਖਬਰ ਆਉਂਦੀ ਹੈ ਜਿਸ ਦੇ ਵਿੱਚ ਲਿਖਿਆ ਹੁੰਦਾ ਪਹਿਲੀ ਏਸ਼ੀਆਈ ਮੂਲ ਦੀ ਪੰਜਾਬਣ ਬਣੇ ਹਨਾ ਪਹਿਲੇ ਪੰਜਾਬਣ ਬਣੇ ਜਾਂ ਪੰਜਾਬੀ ਬਣੇ ਕੱਲ ਪਰਸੋਂ ਪੜ੍ਹ ਰਹੀ ਸੀ ਹੁਣ ਜਿਹੜੀਆਂ ਕੋਈ ਲੋਕਲ ਉੱਥੇ ਸਿਲੈਕਸ਼ਨਜ਼ ਇਲੈਕਸ਼ਨਜ਼ ਹੋ ਬੜਾ ਸਾਰਾ ਯੋਗਦਾਨ ਪਾ ਦਿੱਤਾ ਆ ਜਿੱਥੇ ਇੱਕ ਪਾਸੇ ਕੈਨੇਡਾ ਤੋਂ ਇੰਨੀਆਂ ਵਧੀਆਂ ਖਬਰਾਂ ਪਹੁੰਚ ਰਹੀਆਂ ਸਾਡੇ ਕੋਲ ਉੱਥੇ ਹੀ ਦੂਜੇ ਪਾਸੇ 15 ਦਿਨਾਂ ਦੇ ਵਿੱਚ ਵਿੱਚ ਪੰਜ ਪੰਜਾਬੀ ਬੱਚਿਆਂ ਦੀ ਡੈਥ ਹੋ ਜਾਂਦੀ ਹੈ ਕੈਨੇਡਾ ਦੇ ਵਿੱਚ ਜਿਨ੍ਹਾਂ ਦੇ ਵਿੱਚੋਂ ਤਿੰਨ ਕੇਸ ਚਾਰ ਕੇਸ ਕਤਲ ਦੇ ਹੁੰਦੇ ਨੇ ਇੱਕ ਟਰੱਕ ਦੀ ਬ੍ਰੇਕ ਦੇ ਕਾਰਨ ਹੋ ਜਾਂਦਾ ਇੱਕ ਬੱਚੇ ਨੂੰ ਵਿੱਚੋਂ ਹਾਰਟ ਅਟੈਕ ਵੀ ਆਉਂਦਾ ਆ ਇੱਕ ਪਾਸੇ ਉੱਥੇ ਬੱਚਿਆਂ ਦੇ ਕਤਲ ਹੋਣ ਲੱਗੇ ਦੂਸਰੇ ਪਾਸੇ ਉੱਥੇ ਬੱਚਿਆਂ ਨੂੰ ਹਾਰਟ ਟੈਕ ਗਿਆ ਪ੍ਰੋਬਲਮ ਬਹੁਤ ਆਉਣ ਲੱਗੀਆਂ ਮੈਂ ਕਿਸੇ ਦੀ ਇੰਟਰਵਿਊ ਸੁਣ ਰਹੀ ਸੀ ਉਹ ਕਹਿ ਰਹੇ ਸੀ ਕਦੇ ਪੰਜਾਬ ਦੇ ਵਿੱਚ ਕਿਸੇ ਬੱਚੇ ਨੂੰ ਹਾਰਟ ਟੈਕ ਕਿਉਂ ਨਹੀਂ ਆਇਆ ਨਹੀਂ ਪਤਾ ਕੀ ਹੈ ਜਦੋਂ ਬੱਚੇ ਬਾਹਰ ਜਾਂਦੇ ਹਨ ਨਾ ਅਸੀਂ ਨਹੀਂ ਕਹਿੰਦੇ ਵੀ ਜਿੰਨੂੰ ਜਿੰਨੂੰ ਹੁਣ ਹਾਰਟ ਟੈਕ ਹੋਇਆ ਉਹਨੂੰ ਕੋਈ ਗਲਤ ਗੱਲ ਅਸੀਂ ਉਹਦੇ ਬਾਰੇ ਨਹੀਂ ਕਹਿਣਾ ਚਾਹੁੰਦੇ ਆਮ ਤੌਰ ਤੇ ਕੀ ਹੁੰਦਾ ਜਦੋਂ ਬੱਚੇ ਬਾਹਰ ਜਾਂਦੇ ਆ ਥੋੜਾ ਜਿਹਾ ਉਹਨਾਂ ਨੂੰ ਇੰਡੀਪੈਂਡੈਂਸ ਮਿਲ ਜਾਂਦੀ ਹੈ ਇੰਡੀਪੈਂਡੈਂਸ ਹੋਣ ਦੇ ਨਾਲ 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 ਉਹ ਗਲਤ ਆਦਤਾਂ ਵਿੱਚ ਵੀ ਪੈ ਜਾਂਦੇ ਆ ਪਾਵੇਂ ਉਹ ਨਸ਼ੇ ਆ ਪਾਵੇਂ ਉਹ ਲੜਾਈਆਂ ਜਾਂ ਕੋਈ ਹੋਰ ਦਰਿਆਵਾਂ ਚ ਚਲੇ ਜਾਂਦੇ ਜਾਂ ਉੱਥੇ ਡੁੱਬ ਜਾਂਦੇ ਨਹਿਰਾਂ ਚ ਡੁੱਬ ਜਾਂਦੇ ਆ ਹਾਂਜੀ ਕਿਉਂਕਿ ਉਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਹੁੰਦਾ ਉਹਨਾਂ ਨੂੰ ਆਜ਼ਾਦੀ ਮਿਲੀ ਹੁੰਦੀ ਆ ਤੇ ਇਸ ਕਰਕੇ ਬੱਚੇ ਜਿਹੜੇ ਸਟੂਡੈਂਟ ਵਿਜੇ ਜਾਂਦੇ ਆ ਉਹਨਾਂ ਨੂੰ ਬੜਾ ਇਹ ਇਹ ਇਸ ਬਾਰੇ ਸਿੱਖਣ ਦੀ ਲੋੜ ਆ ਕਿ ਅਸੀਂ ਨਸ਼ਿਆਂ ਚ ਨਾ ਜਾਈਏ ਚੰਗੀ ਜਿਹੜੀ ਸਾਡੀ ਉਹਨਾਂ ਦੀ ਯਾਰੀ ਦੋਸਤੀ ਆ ਉਹ ਸੋਸਾਇਟੀ ਆ ਉਹ ਚੰਗੀ ਸੋਸਾਇਟੀ ਨੂੰ ਮੰਦੇ ਨਜ਼ਰ ਰੱਖਦੇ ਹੋ ਉਹਨੂੰ ਅਡਾਪਟ ਕਰਨ ਨਸ਼ਿਆਂ ਦਾ ਜਾਣ ਕੋਈ ਗਲਤ ਕੰਮ ਨਾ ਕਰਨ ਕਿਉਂਕਿ ਮਾਪਿਆਂ ਨੇ ਬੜੇ ਖਰਚੇ ਲਾ ਕੇ ਤੁਹਾਨੂੰ ਉੱਥੇ ਭੇਜਿਆ ਹੁੰਦਾ ਬੜੇ ਮਿਹਨਤ ਨਾਲ ਉਹਨਾਂ ਨੇ ਆਪਣੀ ਕਮਾਈ ਕੀਤੀ ਹੁੰਦੀ ਹੈ ਜਾਂ ਉਸ ਕਰਕੇ ਉਹਨਾਂ ਦੇ ਪੈਸੇ ਅਜਾਈ ਨਾ ਜਾਣ ਦਿਓ ਦੇਖੋ ਜਦੋਂ ਤੁਸੀਂ ਪੜ੍ਹ ਜਾਓਗੇ ਉਸ ਤੋਂ ਬਾਅਦ ਤੁਸੀਂ ਇੰਡੀਪੈਂਡੈਂਟ ਜੋ ਮਰਜ਼ੀ ਕਰੋ ਉਸ ਕਰਕੇ ਜਦੋਂ ਇਹ ਜਿਹੜਾ ਪੀਰੀਅਡ ਆ ਪੜ੍ਹਾਈ ਦਾ ਪੀਰੀਅਡ ਆ ਉਹਨੂੰ ਘੱਟੋ ਘਾਟ ਪੂਰਾ ਕਰੋ ਜੇ ਕਾਮਯਾਬ ਹੋਣਾ ਤੇ ਪੜਨਾ ਜੇ ਪੜ੍ਹਾਈ ਦੇ ਬੇਸ ਤੇ ਗਿਆ ਪੜ੍ਹਨਾ ਬਹੁਤ ਜ਼ਰੂਰੀ ਹੈ ਉਹਦੇ ਅੱਗੇ ਕਿਉਂ ਫਿਊਚਰ ਵਿੱਚ ਤੁਹਾਨੂੰ ਬੜੇ ਬੈਨੀਫਿਟ ਵੀ ਮਿਲਣੇ ਆ ਜਿਹੜੇ ਕੰਮ ਨੂੰ ਤੁਸੀਂ ਆਇਆ ਪਹਿਲਾਂ ਉਹ ਕਰੋ ਅਸੀਂ ਉਹਨਾਂ ਸਾਰੇ ਪਰਿਵਾਰਾਂ ਦੇ ਦੁੱਖ 'ਚ ਸ਼ਰੀਕ ਵੀ ਆ ਜਿਹੜੇ ਇਸ ਤਰ੍ਹਾਂ ਮਰ ਜਾਂਦੇ ਇਹ ਤਾਂ ਇੱਕ ਹਫ਼ਤੇ ਦੀ ਗੱਲ ਆ ਕਿਉਂਕਿ ਹੁਣ ਆਪਣੀ ਕਮਿਊਨਿਟੀ ਹੋ ਵੀ ਬਹੁਤ ਗਈ ਆ ਉੱਥੇ ਇੱਥੇ ਵੀ ਕਾਫੀ ਲੋਕ ਜਦੋਂ ਪੰਜਾਬ ਵਿੱਚ ਵੀ ਕਾਫੀ ਲੋਕ ਜਿਹੜੇ ਆ ਉਹ ਟਾਈਮ ਟੂ ਟਾਈਮ ਨੌਜਵਾਨ ਵੀ ਮਾਰੇ ਜਾਂਦੇ ਆ ਐਕਸੀਡੈਂਟ ਵੀ ਹੁੰਦੇ ਆ ਉਸੇ ਸਾਲ ਉਹਨਾਂ ਨੂੰ ਹੁਣ ਕਮਿਊਨਿਟੀ ਇਤਨੀ ਜਿਆਦਾ ਹੋ ਗਈ ਹੈ ਉੱਥੇ ਉਹ ਜਦੋਂ ਕੋਈ ਕਿਸੇ ਡੈਥ ਹੁੰਦੀ ਹੈ ਉਹ ਕੁਦਰਤੀ ਉਹਨਾਂ ਚੋਂ ਕਾਫੀ ਪੰਜਾਬੀ ਵੀ ਹੁੰਦੇ ਆ ਜਾਂ ਵੀ ਕਿਸੇ ਕਿਸਮ ਨਾਲ ਵੀ ਜੋ ਕਿਸੇ ਤਰੀਕੇ ਨਾਲ ਵੀ ਮਰੇ ਜਾਂਦੇ ਆ ਅਸੀਂ ਹਮੇਸ਼ਾ ਹੀ ਆਪਣਾ ਉਹਨਾਂ ਨੂੰ ਅਸੀਂ ਆਪਣਾ ਉਹਨਾਂ ਦੇ ਦੁੱਖ ਚ ਸ਼ਰੀਕ ਆ ਪਰ ਫਿਰ ਵੀ ਅਸੀਂ ਕਵਾਂਗੇ ਵੀ ਚੰਗੇ ਕੰਮ ਕਰੋ ਥੋੜਾ ਜਿਹਾ ਸਲੋਲੀ ਚੱਲੋ ਵੀ ਉਹਦੀ ਕਾਲੀ ਨਾ ਕਰੋ ਜੇ ਐਕਸੀਡੈਂਟ ਤੋਂ ਵੀ ਬਚਣਾ ਕਾਲੀ ਨਾ ਕਰੋ ਬਾਕੀ ਐਕਸੀਡੈਂਟ ਤਾਂ ਐਕਸੀਡੈਂਟ ਆ ਕੋਈ ਪਤਾ ਨਹੀਂ ਵੀ ਕਦੋਂ ਕਿਸੇ ਨਾਲ ਕੀ ਪਾਣਾ ਵਰਤ ਜਾਣਾ 25 ਮਈ 2020 জর্জ ਫਲਾਈਟ ਦੀ ਹਤਿਆ ਕਾਲੇ ਮੂਲ ਦੇ ਵਿਅਕਤੀ ਦੀ ਕਾਲੇ ਵਿਅਕਤੀ ਦੀ ਹਤਿਆ ਹੁੰਦੀ ਹੈ ਉਹਦਾ ਜਿਹੜਾ ਮੇਨ ਗੁਨੇਗਾਰ ਸੀ ਉਸ ਨੂੰ ਸਜ਼ਾ ਹੋ ਜਾਂਦੀ ਹੈ ਪਰ ਮਿਆਨਾ ਪਾਲੈਂਸ ਦੇ ਵਿੱਚ ਇੱਕ ਹੋਰ ਨਾਲ ਪੁਲਿਸ ਕਰਮੀ ਹੈ ਜਿਹੜਾ ਉਹ ਉਸ ਦੀ ਸਹਾਇਤਾ ਕਰਦਾ ਉਹਨੂੰ ਹੁਣ ਇੰਨੇ ਸਾਲਾਂ ਬਾਅਦ ਜਿਹੜੀ 3 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਔਰ ਬੜੇ ਵੱਡੇ ਪੱਧਰ ਤੇ ਪ੍ਰਦਰਸ਼ਨ ਹੋਏ ਸੀ ਬਹੁਤ ਸਾਰੇ ਲੋਕਾਂ ਨੇ ਆਵਾਜ਼ ਚੁੱਕੀ ਔਰ ਪੂਰੀ ਦੁਨੀਆ ਤੇ ਇਹ ਕੇਸ ਚੱਲਿਆ ਸੀ ਹੱਲੇ ਵੀ ਹੌਲੀ ਹੌਲੀ ਇਸ ਕੇਸ ਦੇ ਨਾਲ ਰਿਲੇਟਡ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਅਮਰੀਕੀ ਕਾਨੂੰਨ ਦੇ ਵਿੱਚ ਹੋ ਰਹੀ ਹੈ ਜੀ ਬਿਲਕੁਲ ਬਿਲਕੁਲ ਕਿਉਂਕਿ ਇਹ ਇੱਕ ਅਜਿਹਾ ਕੰਟਰੀ ਆ ਜਿੱਥੇ ਜਣਾ ਨਿਆਂ ਆ ਜਿੱਥੇ ਉਹ ਹਰ ਇੱਕ ਨੂੰ ਮਿਲਦਾ ਬਰਾਬਰ ਦਾ ਮਿਲਦਾ ਇਹ ਨਹੀਂ ਹੈਗਾ ਕਿ ਉਹ ਪੁਲਿਸ ਵਾਲਾ ਜਾਂ ਕੋਈ ਜੇ ਕਿਸੇ ਨੇ ਕਸੂਰ ਕੀਤਾ ਜਦੋਂ ਉਹਦੀ ਜੱਜਮੈਂਟ ਆ ਜਣੀ ਉਹ ਜੱਜਮੈਂਟ ਉੱਥੇ ਮੰਨਣੀ ਹੀ ਪੈਂਦੀ ਕੋਈ ਉੱਥੇ ਸਪਾਰਸ਼ ਨਹੀਂ ਚੱਲਦੀ ਅ ਉਹ ਤੁਹਾਨੂੰ ਇਹ ਵੀ ਦੱਸਦੀ ਹੈ ਕਿ ਇਹਦਾ ਇੱਕ ਸਜ਼ਾ ਇੱਕ ਫਾਈਨੈਂਸ਼ੀਅਲੀ ਬਹੁਤ ਉਹਨੂੰ ਪੈਸਾ ਦੇਣਾ ਪਿਆ ਪੁਲਿਸ ਵਿਭਾਗ ਵੱਲੋਂ ਲੌਇਡ ਦੇ ਪੇਰੈਂਟਸ ਨੂੰ ਉਹਨਾਂ ਦੇ ਘਰਦਿਆਂ ਨੂੰ ਕਾਫੀ ਵੱਡੀ ਰਕਮ ਜਿਹੜੀ ਅਦਾ ਕਰਨੀ ਪਈ ਨਾਲ-ਨਾਲ ਤੇ ਨਾਲ ਹੁਣ ਹਲੇ ਤਾਂ ਇਹ ਜਿਹੜੇ ਜਿਹੜਾ ਮੇਨ ਜਿਹੜਾ ਕਯੂਸ ਦਾ ਉਹਨੂੰ ਵੱਖਰੀ ਸਜ਼ਾ ਇਹਨੂੰ ਜਿਹੜਾ ਇਹ ਤਾਂ ਉਹਦੀ ਹੈਲਪ ਕਰਨ ਵਾਲਾ ਸੀ ਉਹਨੂੰ ਵੀ ਬਿਲਕੁਲ ਨਾਲ ਹੀ ਸੀ ਸਿਰਫ ਉਹਦੇ ਤੇ 3 ਸਾਲ ਦੀ ਸਜ਼ਾ ਹੋਈ ਹੈ ਇੱਕ ਚੰਗੇ ਕੰਟਰੀ ਦੀ ਨਿਸ਼ਾਨੀ ਹੈ ਜਿੱਥੇ ਸਾਰਿਆਂ ਨੂੰ ਜਿਹੜਾ ਨ્યાਇ ਉਹ ਕੁਝ ਮਿਲਦਾ ਜਿੱਥੇ ਕੈਨੇਡਾ ਦੇ ਵਿੱਚ ਹਤਿਆਮਾਂ ਹੋ ਰਹੀਆਂ ਉੱਥੇ ਲਾਪਤਾ ਪੰਜਾਬੀ ਹੋਣ ਦੀਆਂ ਖਬਰਾਂ ਵੀ ਬਹੁਤ ਆ ਰਹੀਆਂ ਖਾਸ ਤੌਰ ਤੇ ਜਿਹੜੇ ਬਜ਼ੁਰਗ ਗਿਆ ਉਹ ਕਿਤੇ ਨਾ ਕਿਤੇ ਲੋਕਲ ਘੁੰਮਣ ਜਾਂਦੇ ਆ ਉਹਨਾਂ ਨੂੰ ਅੰਗਰੇਜ਼ੀ ਦੀ ਦਿੱਕਤ ਆ ਉਹਨਾਂ ਨੂੰ ਆਪਣਾ ਡਰੈਸ ਵੀ ਪਤਾ ਲੱਗਦਾ ਆਪਣਾ ਉਹਨਾਂ ਨੂੰ ਘਰ ਨਹੀਂ ਪਤਾ ਲੱਗਦਾ ਫਿਰ ਆਏ ਦਿਨ ਖਬਰ ਆਉਂਦੀ ਹੈ ਕਿ ਬਜ਼ੁਰਗ ਪੰਜਾਬੀ ਲਾਪਤਾ ਹੋ ਗਿਆ بار بار ਉੱਥੋਂ ਦੀ ਪੁਲਿਸ ਦੇ ਵੱਲੋਂ ਵੀ ਇਹ ਜਾਣਕਾਰੀ ਸਾਂਝੀ ਕੀਤੀ ਜਾਂਦੀ ਆ ਕਿ ਆਪਣੇ ਬਜ਼ੁਰਗ ਜਿਹੜੇ ਇੱਧਰੋਂ ਜਾਂਦੇ ਆ ਜਿਨ੍ਹਾਂ ਨੂੰ ਉੱਥੋਂ ਦੀ ਲੋਕਲ ਭਾਸ਼ਾ ਨਹੀਂ ਆਉਂਦੀ ਉਹਨਾਂ ਨੂੰ ਕੱਲਿਆਂ ਘਰੋਂ ਬਾਹਰ ਨਾ ਭੇਜੋ ਉਹਨਾਂ ਦਾ ਪੂਰਾ ਖਿਆਲ ਰੱਖੋ ਹਾਲਾਂਕਿ ਜਿਹੜੇ ਇਹ 3-4 ਕੇਸ ਪਿਛਲੇ ਦਿਨੀ ਹੋਏ ਆ ਬਜ਼ੁਰਗ ਮਿਲ ਤਾਂ ਗਏ ਪਰ बार-बार ਪੁਲਿਸ ਅਪੀਲ ਕਰ ਰਹੀ ਆ ਕੈਨੇਡਾ ਦੀ ਕਿ ਆਪਣੇ ਬਜ਼ੁਰਗਾਂ ਦਾ ਤੁਸੀਂ ਖੁਦ ਖਿਆਲ ਵੀ ਰੱਖੋ ਦੇਖੋ ਗੱਲ ਇਹ ਆ ਬਜ਼ੁਰਗ ਇਹ ਤਾਂ ਹੈ ਨਹੀਂ ਵੀ ਘਰ ਬੈਠੇ ਰਹਿਣਗੇ ਉਹਨਾਂ ਨੇ ਬਾਹਰ ਨਿਕਲਣਾ ਵੀ ਆ ਥੋੜਾ ਜਿਹਾ ਇੱਕ ਤੇ ਮੈਂ ਇੱਥੇ ਆਪਣੇ ਦਰਸ਼ਕਾਂ ਨੂੰ ਇਹ ਕਹਿਣਾ ਚਾਹੁੰਦਾ ਜੀ ਜਦੋਂ ਬਾਹਰ ਜਾਂਦੇ ਆ ਨਾ ਜਿਹੜੇ ਕੰਟਰੀਸ ਚ ਤੁਸੀਂ ਰਹਿੰਦੇ ਹੋ ਉੱਥੋਂ ਦੀ ਥੋੜੀ ਜਿਹੀ ਡਰੈਸ ਜਿਹੜੀ ਆ ਉਹ ਥੋੜੀ ਜਿਹੀ ਮਿਕਸ ਕਰ ਲਿਆ ਕਰੋ ਤਾਂ ਕਿ ਜਿਹੜੇ ਉੱਥੋਂ ਦੇ ਸਥਾਨਕ ਲੋਕ ਆ ਜਾਂ ਕੋਈ ਹੋਰ ਉਹਨਾਂ ਨੂੰ ਕਈ ਵਾਰੀ ਇਸ ਤਰ੍ਹਾਂ ਹੁੰਦਾ ਵੀ ਇਹ ਪਤਾ ਨਹੀਂ ਤਾਲੇਬਾਨ ਆ ਜਾਂ ਕੋਈ ਹੋਰ ਨਸਲ ਦੇ ਆ ਥੋੜਾ ਜਿਹਾ ਆਪਣੇ ਆਪ ਨੂੰ ਵੈਲ ਡਰੈਸ ਕਰਕੇ ਪਹਿਲੀ ਗੱਲ ਤਾਂ ਬਾਹਰ ਨਿਕਲੋ ਨੰਬਰ 2 ਤੇ ਜੇ ਗਵਾਚ ਜਾਂਦੇ ਨਾ ਉਹਦਾ ਤਾਂ ਇੱਕ ਸਿਸਟਮ ਬੜਾ ਵਧੀਆ ਉੱਥੇ ਹਰ ਬੰਦੇ ਨੂੰ ਆਈਡੀ ਮਿਲਦੀ ਹੈ ਆਈਡੀ ਜੇਬ ਚ ਰੱਖੋ ਜੇ ਕਿ ਤੁਸੀਂ ਗਵਾਚ ਇੱਕ ਫੋਨ ਜ਼ਰੂਰ ਰੱਖੋ ਆਪਣੇ ਘਰ ਦੇ ਨਾਲ ਜੇ ਗਵਾਚ ਗਏ ਹੋ ਜਿਹੜਾ ਵੀ ਤੁਹਾਨੂੰ ਤੁਹਾਨੂੰ ਰਾਹ ਭੁੱਲ ਜਾਂਦਾ ਕਿਸੇ ਨੂੰ ਪੁੱਛਸਾਂਦੇ ਉੱਥੇ ਵੀ ਆਹ ਮੈਂ ਗਵਾਚਿਆ ਮੇਰੀ ਆਹ ਆਈਡੀ ਆ ਮੇਰਾ ਐਡਰੈਸ ਹੈ ਤੇ ਦਿਓ ਆਪਣਾ ਫੋਨ ਨੰਬਰ ਜੇ ਕਿਸੇ ਨੂੰ ਘਰ ਜਾਂਦਾ ਦੇ ਸਕਦੇ ਉਹ ਵੀ ਕੋਈ ਵੀ ਕਿਸੇ ਦੀ ਹੈਲਪ ਕਰਦਾ ਇਹਦਾ ਸਬਸਟੀਟਿਊਟ ਹੈਗਾ ਪਰ ਰੋਲਾ ਇਹ ਵੀ ਲੋਕੀ ਵਰਤਦੇ ਨਹੀਂ ਕਿ ਬਹੁਤੇ ਉਹ ਬਸ ਚੁੱਪ ਕਰੇ ਤੁਰ ਪੈਂਦੇ ਆ ਉਹ ਸੜਕਾਂ ਇੱਕੋ ਜੀਆਂ ਪਤਾ ਨਹੀਂ ਲੱਗਦਾ ਉਹ ਗਾਂਹ ਦੀ ਗਾਂਹ ਗਾਂਹ ਦੀ ਗਾਂਹ ਨਿਕਲ ਜਾਂਦੇ ਆ ਫਿਰ ਉਹ ਗਵਾਚ ਜਾਂਦੇ ਆ ਤੇ ਇਹ ਵੀ ਇੱਕ ਸੋਚਣ ਵਾਲੀ ਗੱਲ ਹੈ ਵੈਸੇ ਤਾਂ ਵੀ ਉਹਨਾਂ ਬਜ਼ੁਰਗਾਂ ਨੂੰ ਜਿਹੜੇ ਘਰ ਦੇ ਵੀ ਜਿਹੜੇ ਉਹ ਥੋੜਾ ਜਿਹਾ ਪੁਸ਼ ਕਰਦੇ ਇੱਕ ਪਰਚੀ ਲਿਖ ਕੇ ਵੀ ਆਈਡੀ ਦੇ ਦਿਓ ਪਰਚੀ ਤੇ ਐਡਰੈਸ ਐਂਡ ਫੋਨ ਨੰਬਰ ਲਿਖ ਦਿਓ ਹਨਾ ਤਾਂ ਜੋ ਉਹਨਾਂ ਨੂੰ ਸਹਾਇਤਾ ਹੋ ਸਕੇ ਕਿਉਂਕਿ ਸਾਡੇ ਪੰਜਾਬੀ ਬਜ਼ੁਰਗ ਤਾਂ ਹੁੰਦੇ ਵੀ ਇਦਾਂ ਦੇ ਘਰਾਂ 'ਚ ਬਹਿਣਾ ਗੀਜੋ ਹੀ ਨਹੀਂ ਹੈਗੇ ਇਹਨਾਂ ਨੂੰ ਦਾ ਸ਼ਾਮ ਨੂੰ ਕਿਤੇ ਨਾ ਕਿਤੇ ਇੱਕ ਦੂਸਰੇ ਦੇ ਨਾਲ ਗੱਲਬਾਤ ਕਰਨੀ ਕਰਨੀ ਪਰ ਪ੍ਰੋਗਰਾਮ ਨਾਰਥ ਅਮਰੀਕਾ ਅਪਡੇਟ ਦੇ ਵਿੱਚ ਆਪਣੀ ਅੱਜ ਦੀ ਗੱਲਬਾਤ ਖਤਮ ਹੋ ਰਹੀ ਹੈ ਸੋ ਆਪਾਂ ਹੁਣ ਦਰਸ਼ਕਾਂ ਤੋਂ ਅੱਗੇ ਲੈ ਲਈਏ ਜੀ ਜੀ ਬਹੁਤ ਜ਼ਰੂਰੀ ਹੈ ਔਰ ਇੱਥੇ ਹੀ ਪ੍ਰੋਗਰਾਮ ਖਤਮ ਹੁੰਦਾ ਸਾਨੂੰ ਆਗਿਆ ਦੇ ਦਿਓ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਦੇਖਦੇ ਰਹੋ ਪੰਜਾਬ ਮੀਲ ਯੂਐਸਏ ਟੀਵੀ ਹਰ ਪਲ ਤੁਹਾਡੇ ਨਾਲ ਸਤਿ ਸ੍ਰੀ ਅਕਾਲ